ਸ਼੍ਰੀਕਾਲ ਜੀ ਦੇਸ ਪ੍ਰਦੇਸ ਪ੍ਰੋਗਰਾਮ ਦੇ ਨਾਲ ਜੁੜੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਕਿਸੇ ਲਈ ਮੌਸਮ ਜਿਹੜਾ ਹੈਗਾ ਖੁਸ਼ਗਵਾਰ ਹੈ ਕੋਈ ਪਕੌੜੇ ਖਾ ਰਿਹਾ ਤੇ ਕਿਸੇ ਲਈ ਬਹੁਤ ਹੀ ਮੰਦਭਾਗਾ ਦਿਨ ਹੈ ਪੱਕੀਆਂ ਹੋਈਆਂ ਕਣਕਾਂ ਦੇ ਉੱਪਰ ਕਿਤੇ ਕਿਤੇ ਬਾਰਿਸ਼ ਦੇ ਜਿਹੜੇ ਛਿੱਟੇ ਹੋਏ ਹੋਣ ਕਰਕੇ ਤੇਜ਼ ਹਵਾ ਚੱਲਣ ਕਰਕੇ ਕਿਤੇ ਕਿਤੇ ਗੜੇਮਾਰੀ ਕਰਕੇ ਕਣਕ ਜਿਹੜੀ ਹੈਗੀ ਆ ਉਹ ਵਿੱਚ ਗਈ ਹੈ ਤਬਾਹ ਵੀ ਹੋ ਗਈ ਹੈ ਸੋ ਕਿਸਾਨਾਂ ਲਈ ਜਿਹੜਾ ਮੰਦਭਾਗਾ ਹੋ ਸਕਦਾ ਹੈ ਸੋ ਐਂਗਲ ਜਿਹੜਾ ਹਰ ਚੀਜ਼ ਨੂੰ ਵੇਖਣ ਦਾ ਇੱਕ ਨਜ਼ਰੀਆ ਵੱਖ ਵੱਖ ਹੁੰਦਾ ਇਸ ਮਹੀਨੇ ਦੇ ਵਿੱਚ ਮਾਰਚ ਦੇ ਵਿੱਚ ਕੋਈ ਲੋਕ ਬਹੁਤ ਖੁਸ਼ ਹੁੰਦੇ ਨੇ ਕਈਆਂ ਦੀਆਂ ਪ੍ਰੋਬਲਮਸ ਚੱਲਦੀਆਂ ਨੇ ਬੱਚੇ ਸਟ੍ਰੈਸ ਦੇ ਵਿੱਚ ਹੁੰਦੇ ਨੇ ਇਮੀਗ੍ਰੇਸ਼ਨ ਇੰਡਸਟਰੀ ਲਈ ਇੱਕ ਬਹੁਤ ਹੀ ਚੈਲੰਜ ਵਾਲਾ ਮਹੀਨਾ ਹੈ ਕਿਉਂਕਿ ਨਵੇਂ ਬੱਚਿਆਂ ਨੇ ਆਉਣਾ ਔਰ ਨਵੇਂ ਬੱਚਿਆਂ ਨੂੰ ਸਹੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਜਿਹੜਾ ਇੱਕ ਜ਼ਿੰਮੇਵਾਰੀ ਹੈਗੀ ਹੈ ਉਹ ਸਟੂਡੈਂਟਸ ਨੂੰ ਵਿਦੇਸ਼ ਭੇਜਣ ਤੱਕ ਦੀ ਜਿਹੜੀ ਹੈਗੀ ਉਹ ਸਟੂਡੈਂਟਸ ਨੂੰ ਜਿਹੜੀ ਹੈਗੀ ਹੈ ਇੱਕ ਚੈਲੰਜ ਹੈਗਾ ਉਹ ਉਠਾਉਣਾ ਪੈਂਦਾ ਹੈਗਾ ਵੀ ਜਿਹੜਾ ਸਾਡਾ ਅੱਜ ਦਾ ਕੰਸਲਟੈਂਟਸ ਹੈ ਮਾਫੀ ਚਾਹੂੰਗਾ ਹਾਲੇ ਅਸੀਂ ਦੋ ਚਾਰ ਮਿੰਟ ਕਾਲ ਨਹੀਂ ਲਵਾਂਗੇ ਕਿਉਂਕਿ ਅੱਜ ਦਾ ਟਾਈਟਲ ਬਹੁਤ ਹੀ ਇੰਪੋਰਟੈਂਟ ਹੈਗਾ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਕਿਸੇ ਲਈ ਕੋਈ ਚੀਜ਼ ਖੁਸ਼ਗਵਾਰ ਹੈ ਕਿਸੇ ਲਈ ਅੱਜ ਉਹ ਚੈਲੰਜ ਬਣੀ ਹੋਈ ਹੈ ਸਵਾਲ ਮੈਂ ਇਸ ਚੀਜ਼ ਦਾ ਪੈਦਾ ਕਰ ਰਿਹਾ ਕਿ ਅੱਜ ਸਟੂਡੈਂਟ ਵੀਜ਼ੇ ਦੇ ਉੱਪਰ ਜਾਣ ਵਾਲੇ ਜਿਹੜੇ ਬਹੁਤ ਸਾਰੇ ਲੱਖਾਂ ਵਿਦਿਆਰਥੀ ਨੇ ਉਹਨਾਂ ਨੂੰ ਰਾਹ ਮਿਲ ਜਾਂਦਾ ਹੈ ਪਰ ਚੈਲੰਜਸ ਬਣਿਆ ਹੋਇਆ ਇਸ ਵਕਤ ਸਭ ਤੋਂ ਜ਼ਿਆਦਾ ਸਪੋਰਟਸ ਲਈ ਕਿਹੜੇ ਦੇਸ਼ ਜਾਈਏ ਕਿਵੇਂ ਜਾਈਏ ਕਿੰਨੇ ਫੰਡ ਸ਼ੋ ਹੋਣਗੇ ਇਕੱਠੇ ਜਾਵਾਂਗੇ ਜਾਂ ਬਾਅਦ 'ਚ ਜਾਵਾਂਗੇ ਇੱਕ ਜਣਾ ਚੱਲਿਆ ਗਿਆ ਕੀ ਪ੍ਰੋਬਲਮ ਇਹ ਤਾਂ ਨਹੀਂ ਕ੍ਰੀਏਟ ਹੋਊਗੀ ਕਿ ਦੂਜੇ ਦਾ ਵੀਜ਼ਾ ਨਾ ਲੱਗੇ ਘਰ ਟੁੱਟ ਜਾਵੇ ਸੋ ਅੱਜ ਉਹਨਾਂ ਸਟੂਡੈਂਟਸ ਦੀ ਗੱਲ ਕਰਨੀ ਉਹਨਾਂ ਸਪੋਰਟਸ ਕੇਸਾਂ ਦੀ ਗੱਲ ਕਰਨੀ ਹੈ ਅੱਜ ਵਿਆਹੇ ਹੋਏ ਜੋੜਿਆਂ ਦੀ ਗੱਲ ਕਰਨੀ ਹੈ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਇਕੱਠੇ ਜਾਣਾ ਚਾਹੁੰਦੇ ਨੇ ਜੇ ਵਿਦੇਸ਼ਾਂ ਦੇ ਵਿੱਚ ਇਕੱਠੇ ਹੋਣਾ ਚਾਹੁੰਦੇ ਨੇ ਕਿਹੜੇ ਕਿਹੜੇ ਦੇਸ਼ ਨੇ ਜਿਹੜੇ ਸਪੋਰਟਸ ਨੂੰ ਇੰਡੀਆ ਤੋਂ ਵੀਜ਼ਾ ਦਿੰਦੇ ਨੇ ਆਰਐਸ ਗਲੋਬਲ ਤੋਂ ਮੇਰੇ ਨਾਲ ਸੁਖਚੈਨ ਰਾਏ ਜੀ ਨੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਰਣਬੀਰ ਭਾਅ ਜੀ ਪ੍ਰੋਗਰਾਮ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਬੜਾ ਇੰਪੋਰਟੈਂਟ ਮੁੱਦਾ ਸੀਗਾ ਕਿਉਂਕਿ ਪਿਛਲੇ ਕਈ ਦੇਰ ਤੋਂ ਸਾਡੇ ਫੇਸਬੁੱਕ ਤੇ ਮੈਸੇਜਸ ਕਮੈਂਟਸ ਆਉਂਦੇ ਸੀਗੇ ਕਿ ਵਿਆਹੇ ਹੋਏ ਜੋੜਿਆਂ ਬਾਰੇ ਸਪਾਊਸ ਵੀਜ਼ਾ ਬਾਰੇ ਗੱਲ ਕੀਤੀ ਜਾਵੇ ਕੋਈ ਸ਼ੱਕ ਨਹੀਂ ਸਾਰਿਆਂ ਨੂੰ ਪਤਾ ਆਸਟ੍ਰੇਲੀਆ ਸਪਾਊਸ ਨਾਲ ਜਾਂਦਾ ਯੂਕੇ ਨਾਲ ਜਾਂਦਾ ਬਟ ਅੱਜ ਅਸੀਂ ਉਹਨਾਂ ਮੁਲਕਾਂ ਬਾਰੇ ਵੀ ਨਾਲ ਗੱਲ ਕਰਾਂਗੇ ਜਿਹੜੇ ਬਾਰੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਸਪਾਊਸ ਨਾਲ ਇਕੱਠਿਆਂ ਜਾਂਦਾ ਹੁਣ ਗੱਲ ਕਰਦੇ ਹਾਂ ਕੈਨੇਡਾ ਦੀ ਬੱਚੇ ਦੀ ਪਹਿਲੀ ਜਿਹੜੀ ਡ੍ਰੀਮ ਡੈਸਟੀਨੇਸ਼ਨ ਸਿਰਫ ਕੈਨੇਡਾ ਹੁੰਦੀ ਹੈ ਐਂਡ ਬਹੁਤ ਸਾਰੇ ਕੰਸਲਟੈਂਟ ਬੱਚੇ ਨੂੰ ਇਹ ਕਹਿ ਕੇ ਭੇਜ ਦਿੰਦੇ ਨੇ ਵੀ ਪਹਿਲਾਂ ਕੁੜੀ ਭੇਜ ਦਾਂਗੇ ਮੁੜ ਕੇ ਮਹੀਨੇ ਬਾਅਦ ਮੁੰਡਾ ਭੇਜ ਦਾਂਗੇ ਜਦੋਂ ਤੱਕ ਇਹ ਦੇਖਿਆ ਜਾਵੇ ਕਿ ਕੈਨੇਡਾ ਦੇ ਵਿੱਚ ਸਪਾਊਸ ਦਾ ਜਿਹੜਾ ਓਪਨ ਵਰਕ ਪਰਮਿਟ ਦਾ ਸਕਸੈਸ ਰੇਟ ਹੈ ਰਣਬੀਰ ਜੀ ਉਹ 40% ਤੋਂ ਜ਼ਿਆਦਾ ਨਹੀਂ ਜੀ ਜੀ ਜੇ ਅੱਜ 100 ਕੇਸ ਅਪਲਾਈ ਹੁੰਦੇ ਤਾਂ 40% ਵੀਜ਼ੇ ਹੁੰਦੇ ਨੇ 60% ਰਿਫਿਊਜ਼ ਹੈ ਵਿਚਾਰੀ ਕੁੜੀ ਕੈਨੇਡਾ ਬੈਠੀ ਤਰਸਦੀ ਹੈ ਮੁੰਡਾ ਇੱਥੇ ਇੰਡੀਆ ਬੈਠਾ ਤਰਸਦਾ ਮੀਆਂ ਬੀਬੀ ਦਾ ਆਪਸ ਵਿੱਚ ਇੱਕ ਰਿਸ਼ਤਾ ਹੀ ਪੂਰਾ ਬਣ ਨਹੀਂ ਪਾਉਂਦਾ ਸੋ ਇਸ ਪ੍ਰੋਬਲਮ ਨੂੰ ਖਤਮ ਕਰਦੇ ਹੋਏ ਆਰ ਐਸ ਗੋਬਲ ਨੇ ਤੁਹਾਡੇ ਅੱਜ ਆਪਸ਼ਨ ਲੈ ਕੇ ਆਏ ਹੈ ਕਿ ਕੋਈ ਵੀ ਸਟੂਡੈਂਟ ਜਿਹੜਾ ਮੈਰਿਡ ਹੈ ਚਾਹੇ ਲੜਕਾ ਪੜ੍ਹਨ ਜਾ ਰਿਹਾ ਉਹਦੀ ਵਾਈਫ ਨਾਲ ਜਾਣੀ ਹੈ ਜਾਂ ਲੜਕੀ ਪੜ੍ਹਨ ਚੱਲੀ ਉਹਦਾ ਹਸਬੈਂਡ ਨਾਲ ਚੱਲਿਆ ਈਵਨ ਕਿ ਬੱਚੇ ਵੀ ਨਾਲ ਜਾ ਸਕਦੇ ਨੇ ਇੱਕ ਬੱਚਾ ਤੁਹਾਡਾ ਦੋ ਬੱਚੇ ਤੁਹਾਡੇ ਤਿੰਨ ਬੱਚੇ ਚਾਹੇ ਚਾਰ ਬੱਚੇ ਨੇ ਜਿਹਨਾਂ ਦੀ ਉਮਰ 18 ਸਾਲ ਤੋਂ ਘੱਟ ਹੈ ਸੋ ਜਾਣੀ ਕਿ ਇਹ ਗੱਲ ਕਰੀਏ ਪੂਰਾ ਪਰਿਵਾਰ ਇੱਕ ਮੁਲਕ 'ਚ ਇਕੱਠੇ ਪ੍ਰਵਾਸ ਕਰ ਸਕਦਾ ਸਟੂਡੈਂਟ ਦੇ ਨਾਲ ਡਿਪੈਂਡੈਂਟ ਦੇ ਬੇਸਿਸ 'ਤੇ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਲੋਕਾਂ ਦਾ ਫੇਵਰਟ ਡੈਸਟੀਨੇਸ਼ਨ ਆਸਟ੍ਰੇਲੀਆ ਜੀ ਆਸਟ੍ਰੇਲੀਆ ਕੋਈ ਵੀ ਗ੍ਰੈਜੂਏਟ ਵਿਦਿਆਰਥੀ ਨੂੰ ਸਪਾਊਸ ਨੂੰ ਨਾਲ ਜਾਣ ਦੀ ਪਰਮਿਸ਼ਨ ਦਿੰਦਾ ਪਰ ਸਮਝਣ ਦੀ ਲੋੜ ਹੈ ਰਣਬੀਰ ਜੀ ਹੈ ਕਿ ਜਿਸ ਬੱਚੇ ਦੇ ਨੰਬਰ 60% ਹੈ ਉਹਦੇ ਆਇਲਸ ਦੇ 6.5 ਬੈਂਡ ਹੈ ਉਹਨੂੰ ਤਾਂ L1 ਦੀ ਯੂਨੀਵਰਸਿਟੀ ਮਿਲ ਜਾਏਗੀ ਜਿਹੜੀ ਅਸੈਸਮੈਂਟ ਲੈਵਲ 1 'ਚ ਆਉਂਦੀ ਹੈ ਐਂਡ ਅਸੈਸਮੈਂਟ ਲੈਵਲ 1 ਦੀ ਯੂਨੀਵਰਸਿਟੀ ਤੁਸੀਂ ਅਗਰ ਅਪਲਾਈ ਕਰਦੇ ਹੋ ਤੁਹਾਨੂੰ ਫੰਡ ਵੀ ਦਿਖਾਉਣ ਦੀ ਲੋੜ ਨਹੀਂ ਬਟ ਯੈਸ ਅਗਰ ਤੁਹਾਡੇ ਨੰਬਰ 55% ਹੈ ਜਾਂ ਤੁਹਾਡੇ ਆਇਲਸ ਓਵਰਆਲ 6 ਬੈਂਡ ਹੈ ਤੁਸੀਂ ਕਿਸੇ ਵੀ ਕੈਟਾਗਰੀ 2 ਦੀ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ ਬਸ਼ਰਤੇ ਤੁਹਾਡੇ ਖਾਤੇ 'ਚ 3 ਮਹੀਨੇ ਪੁਰਾਣੇ ਫੰਡ ਚਾਹੀਦੇ ਨੇ ਬਾਕੀ ਲੋਕਾਂ ਦਾ ਸਵਾਲ ਇਹ ਰਹਿੰਦਾ ਹੈ ਕਿ ਵਿਆਹ ਕਿੰਨਾ ਪੁਰਾਣਾ ਹੋਵੇ ਜਾਂ ਹਸਬੈਂਡ ਦੀ ਕੁਆਲੀਫਿਕੇਸ਼ਨ ਕੀ ਹੋਵੇ ਇਹਦਾ ਮੈਂ ਇੱਕ ਨਟਸ਼ਲ ਜਵਾਬ ਦੇ ਦਿਆਂ ਕਿਸੇ ਵੀ ਅੰਬੈਸੀ ਦੀ ਕੋਈ ਰਿਕੁਆਇਰਮੈਂਟ ਹਸਬੈਂਡ ਦੀ ਕੁਆਲੀਫਿਕੇਸ਼ਨ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਕੁਆਲੀਫਿਕੇਸ਼ਨ ਹਸਬੈਂਡ ਦੇ ਬਜਾਏ ਸਟੂਡੈਂਟ ਦੀ ਮੈਟਰ ਕਰਦੀ ਜਿਹਨੇ ਪੜ੍ਹਨ ਜਾਣਾ ਨਾਲ ਪੰਜਾਬ ਦੇ ਵਿੱਚ ਇਹ ਚੀਜ਼ ਤਾਂ ਕਦੇ ਬਹੁਤ ਜ਼ਿਆਦਾ ਨਹੀਂ ਮੈਂ ਨਹੀਂ ਕਹਿੰਦਾ ਕਿ ਦੇਖੀ ਨਹੀਂ ਜਾਂਦੀ ਪਰ ਇਹ ਕਦੇ ਨਹੀਂ ਦੇਖਿਆ ਜਾਂਦਾ ਕਿ ਹਾਂਜੀ MA ਨੂੰ MA ਹੀ ਲਿਆਉਣਾ ਹੈ ਕਈ ਵਾਰ ਜ਼ਮੀਨ ਜਾਇਦਾਦ ਕਈ ਵਾਰ ਪੰਜਾਬ ਦੇ ਵਿੱਚ ਗੋਤ ਨੂੰ ਬੜਾ ਤਰਜੀਹ ਦਿੱਤੀ ਜਾਂਦੀ ਹੈ ਕਈ ਵਾਰੀ ਪੇਸ਼ੇ ਨੂੰ ਬੜੀ ਤਰਜੀਹ ਦਿੱਤੀ ਜਾਂਦੀ ਹੈ ਹੋਰ ਬੜੇ ਕਾਰਨ ਹੁੰਦੇ ਨੇ ਪੰਜਾਬ ਦੇ ਵਿੱਚ ਸੋ ਹਸਬੈਂਡ ਚਾਹੇ ਘੱਟ ਪੜਿਆ ਚਾਹੇ ਉਹਦੀ ਕੁਆਲੀਫਿਕੇਸ਼ਨ ਬਰਾਬਰ ਦੀ ਨਹੀਂ ਹੈ ਤਾਂ ਵੀ ਆਸਟ੍ਰੇਲੀਆ ਨਾਲ ਜਾ ਸਕਦਾ ਹੈ ਬਟ ਲੋੜ ਹੈ ਇੱਕ ਚੰਗੇ ਕੰਸਲਟੈਂਟ ਨੂੰ ਚੋਣ ਕਰਨ ਦੀ ਕਿਉਂਕਿ ਜਿਹੜਾ ਆਸਟ੍ਰੇਲੀਆ ਦਾ ਪ੍ਰੋਫਾਈਲ ਦਾ ਜਿਹੜਾ ਕੇਸ ਕਰਨ ਦਾ ਜਿਹੜਾ ਫਾਈਲ ਭਰਨ ਦਾ ਪੂਰਾ ਪ੍ਰੋਸੈਸ ਹੈ ਇਟਸ ਨੋਟ ਐਵਰੀਬਡੀਜ਼ ਕੱਪ ਆਫ ਟੀ ਇੱਕ ਕੈਨੇਡਾ ਵਾਂਗੂ ਨਹੀਂ ਗਾ 4 ਪੇਜਾਂ ਦਾ ਫੋਰਮ ਭਰਿਆ ਭੇਜਤਾ GTE ਕਲੀਅਰ ਕ੍ਰਾਈਟੀਰੀਆ ਕਲੀਅਰ ਕਰਨ ਵਿੱਚ ਹੀ ਇੱਕ ਬੰਦੇ ਦੀਆਂ ਉੱਥੋਂ ਮਤਲਬ ਸਾਰੀਆਂ ਨੱਕ ਨਾਲ ਕੀਰਾਂ ਨਿਕਲ ਜਾਂਦੀਆਂ ਨੇ ਸੋ ਜਿੱਥੇ ਕਾਰਜ ਗੁਬਲ ਦਾ ਸਵਾਲ ਹੈ ਮੈਲਬਨ ਦੇ ਵਿੱਚ ਸਾਡਾ ਖੁਦ ਆਪ ਦਾ ਦਫ਼ਤਰ ਹੈ ਜਿੱਥੇ ਮੈਡਮ ਐਂਜਲਾ ਗਾਂਧੀ ਜਿਹੜੇ ਮਾਰਾ ਏਜੰਟ ਨੇ ਖੁਦ ਬੈਠਦੇ ਸਾਡੇ ਸਾਰੇ ਕੇਸਿਸ ਆਸਟ੍ਰੇਲੀਆ ਦਫ਼ਤਰ ਤੋਂ ਸਾਡੇ ਪ੍ਰੋਸੈਸ ਹੁੰਦੇ ਆ ਸੋ ਵੈਸੇ ਕਿਸੇ ਨਾ ਕਿਤੇ ਕੇਸ ਨੂੰ ਵੇਟੇਜ ਮਿਲਦੀ ਹੈ ਈ ਵੀਜ਼ਾ ਫਾਈਲਿੰਗ ਕੀਤੀ ਜਾਂਦੀ ਹੈ 100% ਸਕਸੈਸ ਰੇਟ ਆਰ ਐਸ ਗੋਬਲ ਦਾ ਆਸਟ੍ਰੇਲੀਆ
ਅਪ੍ਰੈਲ ਤੇ ਜੁਲਾਈ ਦੇ ਦਾਖਲੇ ਤੁਹਾਡੇ ਲਈ ਖੁੱਲੇ ਆ, ਤੁਸੀਂ ਆਪਦੇ ਸਪਾਊਸ ਆਪਦੇ ਬੱਚੇ ਨੂੰ ਨਾਲ ਲੈ ਕੇ ਜਾ ਸਕਦੇ ਜੀ। ਕਾਲ ਲਵਾਂਗੇ ਜੀ, ਉਸ ਤੋਂ ਬਾਅਦ ਫਿਰ ਅਸੀਂ ਅਗਲੀ ਕੰਟਰੀ ਸਾਰੀਆਂ ਗੱਲਾਂ ਬਾਤਾਂ ਸਪੋਸ ਬਾਰੇ ਕਰਾਂਗੇ। ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਬਿਲਕੁਲ ਜੀ, ਸਵਾਲ ਹੈ ਨਹੀਂ ਬਿਲਕੁਲ ਸਰ, ਹੈਲਥ ਇੰਸ਼ੋਰੈਂਸ ਵੱਖਰੀ ਹੁੰਦੀ ਜੀ, ਟਿਊਸ਼ਨ ਫੀਸ ਵਿੱਚ ਇਨਕਲੂਡ ਨਹੀਂ ਹੁੰਦੀ। ਤਕਰੀਬਨ 500 ਕੈਨੇਡੀਅਨ ਡਾਲਰ ਫੀਸ ਹੁੰਦੀ ਹੈ, ਉਹ ਤੁਸੀਂ ਕਾਲਜ ਦੇ ਥਰੂ ਵੀ ਲੈ ਸਕਦੇ ਹੋ, ਆਪ ਵੀ ਔਨਲਾਈਨ ਆਪਣੀ ਇੰਸ਼ੋਰੈਂਸ ਕਰਾ ਸਕਦੇ ਹੋ। ਤੋ ਜਿਹੜਾ 22,000 ਰੁਪਇਆ 25,000 ਕਿਹਾ ਜਾ ਰਿਹਾ ਬਿਲਕੁਲ ਜਾਇਜ਼ ਹੈ, ਉਹ $500 ਦੀ ਇੰਸ਼ੋਰੈਂਸ ਭਰਨੀ ਪੈਣੀ ਹੈ, ਚਾਹੇ ਇੱਥੋਂ ਕਰਾ ਕੇ ਜਾਓ ਚਾਹੇ ਉੱਥੇ ਜਾ ਕੇ ਲਓ ਜੀ। ਕਾਲ ਕਰ ਲਈ, ਉੱਥੇ ਜਾ ਕੇ ਵੀ ਕਰਵਾ ਸਕਦਾ ਜੀ, ਕੋਈ ਦਿੱਕਤ ਨਹੀਂ। ਕਈ ਵਾਰ ਕਿਸੇ ਕੰਸਲਟੈਂਟਸ ਕੋਲ ਅਸੀਂ ਪ੍ਰੋਫਾਈਲ ਲੈ ਕੇ ਜਾਂਦਾ, ਜਿਹੜਾ ਬੱਚਾ ਉਹਨੂੰ ਕਹਿ ਦਿੰਦਾ ਜਾਂਦਾ ਹੋ ਜਾਊਗਾ ਜੀ, ਬਟ ਸਪੋਸ ਬਾਅਦ ਦੇ ਵਿੱਚ ਜਾਊਗਾ, ਦੂਜਾ ਕਹਿੰਦਾ ਨਾਲ ਹੀ ਭੇਜ ਦਾਂਗੇ ਜੀ। ਸੋ ਕੀ ਫਰਕ ਹੈਗਾ ਅਸਲ ਦੇ ਵਿੱਚ, ਪੈਮਾਨਾ ਕੀ ਹੈ ਇੱਕ ਸਟੂਡੈਂਟਸ ਨੂੰ ਨਾਲ ਜਾਣ ਦਾ, ਬਾਅਦ 'ਚ ਜਾਣ ਦਾ, ਸਾਲ ਵਿਆਹ ਪਾਸਪੋਰਟ 'ਤੇ ਚੜਿਆ ਹੋਵੇ ਨਾ ਹੋਵੇ, ਕੀ ਸ਼ਰਤਾਂ ਹੈਗੀਆਂ ਸਾਰੀਆਂ? ਸਿਰਫ ਇੱਕੋ ਸ਼ਰਤ ਹੈ, ਸਟੂਡੈਂਟ ਜਿਹੜਾ ਚੱਲਿਆ ਉਹ ਮਾਸਟਰਸ ਕੋਰਸ ਲਈ ਜਾਵੇ, ਬੈਚਲਰਸ ਲਈ ਜਿਹੜਾ ਬੱਚਾ ਚੱਲਿਆ ਸਪਾਊਸ ਨਾਲ ਲੈ ਕੇ ਨਹੀਂ ਜਾ ਸਕਦਾ। ਦੂਜਾ ਪੈਮਾਨਾ ਰਿਸ਼ਤਾ ਜੈਨੂਨ ਹੋਵੇ, ਚਾਹੇ ਵਿਆਹ ਮਰਨਵੀਰ ਭਾਅ ਜੀ ਮਹੀਨਾ ਪੁਰਾਣਾ, ਚਾਹੇ ਇੱਕ ਘੰਟਾ ਪੁਰਾਣਾ, ਮੀਆਂ ਬੀਵੀ ਦੇ ਰਿਸ਼ਤੇ ਵਿੱਚ ਉਹ ਮੀਆਂ ਬੀਵੀ ਵਾਲੀ ਅਪਣੱਤ ਹੋਵੇ, ਨੰਬਰ ਇੱਕ। ਦੂਜਾ ਸਟੂਡੈਂਟ ਮਾਸਟਰਸ ਕੋਰਸ 'ਤੇ ਚੱਲਿਆ ਹੋਵੇ। ਜਿਹੜੀ ਤੁਸੀਂ ਗੱਲ ਕਰ ਰਹੇ ਕਿ ਮਹੀਨੇ ਬਾਅਦ 2 ਮਹੀਨੇ ਬਾਅਦ ਭੇਜ ਦਾਂਗੇ, ਉਹ ਕੇਵਲ ਉਹ ਵਾਲੇ ਕੰਸਲਟੈਂਟਸ ਨੇ ਜਿਹੜੇ ਪਲੱਸ ਟੂ ਪੜ੍ਹੇ ਬੱਚੇ ਨੂੰ। ਬਹੁਤ ਸਾਰੀਆਂ ਮੈਂ ਲੜਕੀਆਂ ਦੇ ਕੇਸ ਵੇਖੇ ਖਰਾਬ ਹੁੰਦੇ, ਮੈਂ ਨਵੇਂ ਸ਼ਹਿਰ ਦਫ਼ਤਰ ਬੈਠਾ ਸੀ ਪਿਛਲੇ ਹਫ਼ਤੇ, ਨਵੇਂ ਸ਼ਹਿਰ ਦੇ ਕਿਸੇ ਕੰਸਲਟੈਂਟ ਤੋਂ ਵੀਜ਼ਾ ਅਪਲਾਈ ਕੀਤਾ, ਲੜਕੀ ਨੇ GNM ਕੀਤੀ ਸੀ, ਉਹ GNM ਇਹ ਕਹਿ ਕੇ ਕਿ ਤੁਸੀਂ ਅੱਗੇ ਮਾਸਟਰਸ ਕੋਰਸ ਜਾਓਗੇ ਹਸਬੈਂਡ ਨਾਲ ਚੱਲ ਜਾਏਗਾ। ਮੈਨੂੰ ਇੱਕ ਗੱਲ ਸਮਝ ਲੱਗੀ, ਜਦ ਤੱਕ ਗ੍ਰੈਜੂਏਸ਼ਨ ਨਹੀਂ ਪਾਸ ਹੋਈ ਮਾਸਟਰਸ ਕੋਰਸ ਕਿਵੇਂ ਮਿਲ ਜਾਏਗਾ? ਤੁਸੀਂ ਵੀ ਗੱਲ ਧਿਆਨ ਨਾਲ ਸੁਣ ਲਓ ਦੋਸਤੋ, ਜਿਨ੍ਹਾਂ ਸਟੂਡੈਂਟਸ ਨੇ GNM ਪਾਸ ਕੀਤੀ ਹੁੰਦੀ ਹੈ ਜਾਂ 12ਵੀਂ ਤੋਂ ਬਾਅਦ 3 ਸਾਲ ਦਾ ਪੋਲੀਟੈਕਨਿਕ ਡਿਪਲੋਮਾ ਕੀਤਾ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਬੈਚਲਰ ਡਿਗਰੀ ਦੇ ਬਰਾਬਰ ਹੈ, ਬਟ ਨਹੀਂ। ਆਸਟ੍ਰੇਲੀਆ ਨੇ UK ਸਾਰੀਆਂ ਕੰਟਰੀਜ਼ ਦੇ ਮੁਤਾਬਕ ਉਹ ਡਿਗਰੀ ਦੇ ਬਰਾਬਰ ਨਹੀਂ ਹੈ, ਬੈਚਲਰ ਡਿਗਰੀ ਨਹੀਂ ਹੈ। ਤੋ ਜਦ ਤੱਕ ਬੈਚਲਰ ਡਿਗਰੀ ਕੰਪਲੀਟ ਨਹੀਂ ਹੈ ਮਾਸਟਰਸ ਕੋਰਸ ਵਿੱਚ ਤੁਸੀਂ ਅਨਰੋਲਮੈਂਟ ਨਹੀਂ ਕਰਵਾ ਸਕਦੇ, ਮਤਲਬ ਸਪਾਊਸ ਨਾਲ ਨਹੀਂ ਜਾ ਸਕਦਾ। ਸੋ ਉਸ ਬੱਚੇ ਦਾ ਖੁਦ ਦਾ ਵੀਜ਼ਾ ਵੀ ਰਿਫਿਊਜ਼ ਹੋਇਆ ਅਤੇ ਸਪਾਊਸ ਦੇ ਨਾਲ ਜਿਹੜੇ ਫੰਡ ਸ਼ੋਅ ਕਰਨ ਦੇ ਪੈਸੇ ਲੈ ਗਏ ਵੱਖਰੇ ਲੈ ਗਏ। ਸੋ ਦੋ ਸ਼ਰਤਾਂ ਮੇਜਰ ਨੇ, ਸਟੂਡੈਂਟ ਮਾਸਟਰਸ ਕੋਰਸ ਲਈ ਅਨਰੋਲਡ ਹੋਇਆ ਹੋਵੇ, ਹਸਬੈਂਡ ਨਾਲ ਉਹਦੇ ਜਿਹੜੇ ਰਿਲੇਸ਼ਨਸ਼ਿਪ ਹੈ ਉਹ ਪ੍ਰੋਪਰ ਸਾਬਤ ਕਰਨ ਵਿੱਚ, ਕਿਉਂਕਿ ਨੋਰਮਲੀ ਦੇਖਦੇ ਹਾਂ ਕਿ ਕਈ ਘਰਾਂ ਵਿੱਚ ਬਹੁਤੇ ਵੱਡੇ ਪੱਧਰ 'ਤੇ ਵਿਆਹ ਨਹੀਂ ਕੀਤਾ ਜਾਂਦਾ। ਮੰਨ ਲਓ ਮੁੰਡੇ ਕੁੜੀ ਦਾ ਆਪਸ ਵਿੱਚ ਕੋਈ 1-2 ਸਾਲ ਤੋਂ ਫੇਅਰ ਚੱਲ ਰਿਹਾ ਸੀ, ਘਰਦੇ ਨਹੀਂ ਮੰਨਦੇ ਸੀ, ਬਾਅਦ 'ਚ ਮੰਨ ਕੇ ਛੋਟਾ ਸਿੰਪਲ ਜਿਹਾ ਵਿਆਹ ਕਰ ਲਿਆ, ਉਦਾਂ ਦੇ ਕੇਸ ਵਿੱਚ ਸਾਨੂੰ ਅੰਬੈਸੀ 'ਚ ਇਹ ਚੀਜ਼ ਸਾਬਤ ਕਰਨੀ ਪਏਗੀ ਕਿ ਸਾਡਾ ਦੋਸਤ ਦਾ ਪੁਰਾਣਾ ਫੇਅਰ ਚੱਲ ਰਿਹਾ ਸੀ ਜਾਂ ਅਸੀਂ ਰਿਸ਼ਤੇ ਵਿੱਚ ਬੱਝੇ ਸੀਗੇ। ਸੋ ਵਿਆਹ 1 ਦਿਨ ਪੁਰਾਣਾ ਹੈ ਜਾਂ 1 ਸਾਲ ਪੁਰਾਣਾ ਹੈ, ਤੁਸੀਂ ਵੀਜ਼ਾ ਆਫਿਸਰ ਨੂੰ ਜਾਂ ਯੂਨੀਵਰਸਿਟੀ ਨੂੰ GTA ਦੇ ਵਿੱਚ ਇਹ ਜ਼ਰੂਰ ਸਾਬਤ ਕਰਨਾ ਹੈ ਕਿ ਤੁਹਾਡਾ ਰਿਸ਼ਤਾ ਕਿੰਨੇ ਚਿਰ ਤੋਂ ਚੱਲਦਾ ਆ ਰਿਹਾ, ਚਾਹੇ ਤੁਸੀਂ ਇੱਕ ਘਰ 'ਚ ਰਹਿ ਰਹੇ ਸੀ ਜਾਂ ਨਹੀਂ ਇਕੱਠੇ ਰਹਿ ਰਹੇ ਸੀ। ਮੈਂ ਇੱਕ ਰੀਸੈਂਟ ਵੀਜ਼ਾ ਹਾਸਲ ਕੀਤਾ ਮੈਲਬਨ ਦੇ ਆਫਿਸ ਤੋਂ ਹੀ, ਵਿਆਹ ਤਕਰੀਬਨ 4 ਕੁ ਮਹੀਨੇ ਪੁਰਾਣਾ ਸੀ ਬੱਚੇ ਦਾ, ਬੱਚਾ ਸਿਡਨੀ ਯੂਨੀਵਰਸਿਟੀ ਪੜ੍ਹਨ ਗਿਆ, ਬਟ ਉਹ ਲੜਕੇ ਲੜਕੀ ਦੀ ਲਗਭਗ 3 ਕੁ ਸਾਲ ਤੋਂ ਆਪਸ 'ਚ ਲਵ ਅਫੇਅਰ ਚੱਲ ਰਿਹਾ ਸੀ, 3 ਸਾਲ ਦੇ ਪ੍ਰੋਪਰ ਪ੍ਰੂਫ ਲਾ ਤੇ, ਮੁੰਡਾ ਕੁੜੀ ਜਿੱਥੇ ਜਿੱਥੇ ਮਿਲਣ ਗਏ, ਜੋ ਉਹਨਾਂ ਦੀ ਵਟਸਐਪ 'ਤੇ ਗੱਲ ਹੁੰਦੀ ਸੀ, ਜੋ ਫੋਨ ਕਾਲ ਹੁੰਦੀ ਸੀ, ਵਿਆਹ ਬੇਸ਼ੱਕ 4 ਮਹੀਨੇ ਪੁਰਾਣਾ ਸੀ ਬਟ 3 ਸਾਲ ਤੋਂ ਇੱਕ ਰਿਸ਼ਤੇ ਬੱਝੇ ਸੀਗੇ, ਉਹ ਸਾਰੇ ਪ੍ਰੂਫ ਨਾਲ ਲਗਾ ਤੇ ਵੀਜ਼ਾ ਆਫਿਸ ਨੇ ਵੀਜ਼ਾ ਲਾਉਣ 'ਚ ਕੋਈ ਦਿੱਕਤ ਨਹੀਂ ਖੜੀ ਕੀਤੀ। ਸੋ ਰਿਸ਼ਤਾ ਪੁਰਾਣੇ ਨਵੇਂ ਨਾਲ ਕੋਈ ਲੈਣ ਦੇਣ ਨਹੀਂ ਰਣਵੀਰ ਭਾਅ ਜੀ, ਰਿਸ਼ਤੇ ਦੀ ਜੈਨੂਨੈਸ ਨਾਲ ਲੈਣ ਦੇਣਾ ਜੀ। ਹੈਲੋ ਜੀ, ਹਾਂਜੀ, ਸਾਡੀ ਆਵਾਜ਼ ਆ ਰਹੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਹਾਂਜੀ ਹਾਂਜੀ, ਪੁੱਛੋ ਜੀ, ਕੀ ਸਵਾਲ ਹੈ, ਕੀ ਕੁਆਲੀਫਿਕੇਸ਼ਨ ਕੀ ਤੁਹਾਡੀ? ਸਰ, ਮੈਂ 2019 12th ਪਾਸ ਆਊਟ ਹੈ। ਅੱਛਾ ਜੀ, ਕਮਰਸ ਸਟ੍ਰੀਮ 70%, ਠੀਕ ਹੈ। ਤੇ ਸਰ, 7 ਬੈਂਡ ਨੋਟ ਲੈਸ ਦੈਨ 6 ਬੈਂਡ ਹੈ। ਬਹੁਤ ਅੱਛਾ ਕੇਸ ਹੈ ਸਰ। ਕੈਨੇਡਾ ਕਾਲਜ ਦੇ ਵਿੱਚ ਅਪਲਾਈ ਕੀਤਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਕਮਰਸ ਦੇ ਪ੍ਰੋਗਰਾਮ ਦੇ, 3 ਸਮੈਸਟਰ ਦੀ ਫੀਸ ਵਗੈਰਾ ਪੇ ਕਰਤੀ ਹੈ, ਫਾਈਨਲ ਮਤਲਬ ਆਲਮੋਸਟ ਲੱਗਣ ਵਾਲੀ ਹੈ। ਤੇ ਸਰ, ਮੈਂ ਪੁੱਛਣਾ ਸੀ ਸਕਸੈਸ ਰੇਟ ਕੀ ਹੈ, ਕਿਉਂਕਿ ਕਹਿੰਦੇ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਰਿਫਿਊਜ਼ਲ ਲੱਗ ਗਏ ਪਏ ਆ। ਮੇਰੀ ਵੀ ਪਹਿਲਾਂ 2 ਰਿਫਿਊਜ਼ਲ ਲੱਗ ਗਏ। ਤੁਹਾਡੀਆਂ ਪਹਿਲਾਂ 2 ਰਿਫਿਊਜ਼ਲ ਨੇ? ਹਾਂਜੀ ਸਰ। ਕਿਹੜਾ ਕਿਹੜਾ ਕਾਲਜ ਸੀ, ਕਿਹੜਾ ਕਿਹੜਾ ਕੋਰਸ ਸੀਗਾ? ਸਰ, ਕਾਲਜ ਸੋਗਾ ਕਾਲਜ ਸੀ, ਇੰਟਰਨੈਸ਼ਨਲ ਬਿਜ਼ਨਸ ਕੋਰਸ ਸੀ। ਉਦੋਂ ਵੀ ਤੁਹਾਡੇ 6 E ਸੀਗੇ? ਦੋਸਤ, ਹੁਣ ਜਦੋਂ ਤੁਸੀਂ ਫਾਈਲ ਭਰਨੀ ਆ, ਜਿਹੜਾ ਵੀ ਤੁਹਾਡਾ ਕੰਸਲਟੈਂਟ ਆ, ਮੈਂ ਨਾਮ ਨਹੀਂ ਪੁੱਛਦਾ ਉਹਦਾ, ਉਹ ਨਾਲ ਕਵਰਿੰਗ ਲੈਟਰ ਦੋਨੋਂ ਰਿਫਿਊਜ਼ਲ ਦੀ ਜ਼ਰੂਰ ਲਾਵੇ।
ਸਟੇਟਮੈਂਟ ਆਫ ਪਰਪਸ ਦੇ ਜ਼ਰੀਏ ਦੋਨੋਂ ਰਿਫਿਊਜ਼ਲ ਦੀ ਜਸਟੀਫਿਕੇਸ਼ਨ ਲੱਗੇਗੀ ਤਾਂ ਅੱਗੇ ਵੀਜ਼ਾ ਲੱਗਣਾ, ਅਦਰਵਾਈਜ਼ ਫਿਰ ਰਿਫਿਊਜ਼ਲ ਆਏਗੀ ਜਿਵੇਂ ਪਹਿਲਾਂ ਆਈ ਹੈ। ਸੋ ਇਸ ਕਰਕੇ ਜਿਹੜੇ ਫਾਈਲ ਤਿਆਰ ਕਰਨੀ ਹੈ, ਤੁਸੀਂ ਪਹਿਲਾਂ 2 ਵਾਰ ਕਿਹੜੇ ਕਿਹੜੇ ਕੋਰਸ ਚੂਜ਼ ਕੀਤੇ ਸੀ, ਉਸ ਰਿਫਿਊਜ਼ਲ ਤੋਂ ਸਿੱਖਿਆ ਕੀ, ਉਹਦੀ ਜਸਟੀਫਿਕੇਸ਼ਨ ਕੀ ਲਗਾ ਕੇ। ਕੋਰਸ ਉਹ ਵੀ ਰੈਲੀਵੈਂਟ ਸੀਗੇ ਬਟ ਜਸਟੀਫਿਕੇਸ਼ਨ ਲਾਉਣ ਦੀ ਲੋੜ ਆ ਦੋਸਤ, ਇੱਦਾਂ ਦੀਆਂ ਗੱਲਾਂ ਮਾਹੀ ਤਾਈਓ ਇਸ ਮੰਚ ਸਰ ਕਦੀ ਮਾਂ ਥੋੜ੍ਹੀ ਕਹਿੰਦੀ ਮੇਰਾ ਬੱਚਾ ਮਾੜਾ ਸੀਗਾ, ਮਾਂ ਨੂੰ ਹਰ ਬੱਚਾ ਚੰਗਾ ਲੱਗਦਾ ਨਾ, ਤੁਹਾਨੂੰ ਤਾਂ ਆਪਣੀ SOP ਚੰਗੀ ਲੱਗਣੀ, ਬਟ ਇਹ ਤਾਂ ਇੱਕ ਪ੍ਰੋਫੈਸ਼ਨਲ ਕੰਸਲਟੈਂਟ ਨੂੰ ਪਤਾ ਨਾ ਉਹ 'ਚ ਲਿਖਿਆ ਕੀ ਸੀਗਾ ਜਾਂ ਵੀਜ਼ਾ ਆਫਿਸ ਨੂੰ ਪਤਾ। ਚਲੋ ਚਲੋ ਬ੍ਰਦਰ, ਫਿਰ ਵੀਜ਼ਾ ਕਿਉਂ ਰਿਫਿਊਜ਼ ਹੋ ਗਿਆ? ਐਨੀਵੇਜ਼ ਦੋਸਤ, ਮੈਂ ਇਸ ਮੰਚ 'ਤੇ ਵੀਜ਼ੇ ਦੀ ਗਰੰਟੀ ਤਾਂ ਨਹੀਂ ਦੇ ਸਕਦਾ ਕਿ ਵੀਜ਼ਾ ਤੁਹਾਡਾ ਆਏਗਾ, ਬਟ ਜੇ ਤੁਹਾਡੀ ਪ੍ਰੋਫਾਈਲ ਦੀ ਗੱਲ ਕਰਾਂ, ਪ੍ਰੋਫਾਈਲ ਤੁਹਾਡੀ ਬਹੁਤ ਵਧੀਆ ਹੈ, ਇੱਦਾਂ ਦੇ ਕੇਸਿਸ ਵਿੱਚ ਵੀਜ਼ਾ ਆਉਣਾ ਚਾਹੀਦਾ, ਬਟ ਜੇ ਕਿਤੇ ਨਾ ਕਿਤੇ ਗਲਤੀ ਕਰੋਗੇ, ਕੰਸਲਟੈਂਟ ਅਨਐਕਸਪੀਰੀਅੰਸ ਹੋਏਗਾ ਤਾਂ ਰਿਫਿਊਜ਼ਲ ਹੋਏਗੀ। ਸੋ ਬੈਟਰ ਹੈ ਕਿ ਜਿਹਦੇ ਵੀ ਕੰਸਲਟੈਂਟ ਨੂੰ ਕੇਸ ਅਪਲਾਈ ਕੀਤਾ ਲੱਗਾ ਰਹਿਣ ਤੋਂ, ਮੈਨੂੰ ਇੱਕ ਵਾਰ ਦਫ਼ਤਰ ਆ ਕੇ ਆਪਣੀ ਫਾਈਲ ਚੈੱਕ ਕਰਾ ਦਿਓ, ਸਟੇਟਮੈਂਟ ਪੜ੍ਹਾ ਦਿਓ, ਮੈਂ ਬਿਨਾਂ ਕੋਈ ਪੈਸਾ ਲਏ ਤੁਹਾਡੀ ਫਾਈਲ ਚੈੱਕ ਕਰਕੇ ਤੁਹਾਨੂੰ ਦੱਸਦਾ ਜੀ। ਹੁਣ ਗੱਲ ਕਰੀਏ ਜੀ, ਹੋਰ ਕਿਹੜੀ ਕੰਟਰੀਆਂ ਦੀ ਲਿਸਟ ਹੈ ਜਿਹਦਾ ਸਪੌਸ ਤੇ ਆਪਾਂ ਜ਼ਿਕਰ ਕਰਨਾ ਅੱਜ? ਨੈਕਸਟ ਮਰੀਨ ਟੇਕ ਦੇ ਲਈ UK। ਸੋ ਜਿਵੇਂ ਕਿ ਸਪਤੰਬਰ 2019 ਤੇ ਜਨਵਰੀ 2020 ਸਾਡਾ ਸਖਸ ਜਿਹੜਾ ਸਫਲਤਾ ਦਾ ਆ ਹਰਮਨੀ ਭਾਅ ਜੀ 100% ਰਿਹਾ, ਨੋਟ ਅ ਸਿੰਗਲ ਵੀਜ਼ਾ ਹੈਜ਼ ਬੀਨ ਰਿਫਿਊਜ਼ ਇਸ ਸੰਬੰਧ 'ਤੇ, ਪਰਮਾਤਮਾ ਦੇ ਅਸ਼ੀਰਵਾਦ ਨਾਲ ਬੜਾ ਅਸੀਂ ਧੰਨਵਾਦ ਕਰਦੇ ਲੋਕਾਂ ਦਾ ਵੀ, 100% ਸਕਸੈਸ ਰਿਹਾ। ਯੈਸ, ਕੁਛ ਇੱਕ ਕੇਸ ਮੈਂ ਅੱਗੇ ਵੀ ਇਸ ਸੰਬੰਧ 'ਤੇ ਬੋਲਿਆ, ਅਸੀਂ ਲੋਕਾਂ ਦੀ ਫਾਈਲਾਂ ਵਾਪਸ ਕੀਤੀਆਂ ਜਿਨ੍ਹਾਂ ਦੀ ਆਫਰ ਲੈਟਰ ਨਹੀਂ ਆਈ, ਪਰ ਜਿਨ੍ਹਾਂ ਦੀ ਆਫਰ ਲੈਟਰ ਆ ਗਈ, ਕੈਸ ਆਇਆ, ਕਿਸੇ ਦਾ ਵੀਜ਼ਾ ਰਿਫਿਊਜ਼ ਨਹੀਂ ਹੋਇਆ। ਮਰੀਨ ਟੇਕ ਵਿੱਚ ਤਕਰੀਬਨ 7 ਤੋਂ 8 ਯੂਨੀਵਰਸਿਟੀਜ਼ ਓਪਨ ਹੈ, ਕਵੈਂਟੀ ਯੂਨੀਵਰਸਿਟੀ ਗੱਲ ਕਰਾਂ, ਯੂਨੀਵਰਸਿਟੀ ਵੈਸਟ ਲੰਡਨ ਦੀ ਗੱਲ ਕਰਾਂ, ਵੋਲਵਰਹੈਂਪਟਨ ਯੂਨੀਵਰਸਿਟੀ ਦੀ ਗੱਲ ਕਰਾਂ, ਮਾਸਟਰਸ ਕੋਰਸ ਜਿਹੜਾ ਬੱਚਾ ਕਰਨ ਜਾ ਰਿਹਾ, ਜਾਨੀ ਕਿ ਇੰਡੀਆ ਦੇ ਵਿੱਚ ਜਿਹਨੇ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਆ ਘੱਟੋ ਘੱਟ 55% ਨੰਬਰ ਦੇ ਨਾਲ, ਜਾਂ ਤਾਂ ਉਹਦੇ ਆਇਲਟਸ 6 ਬੈਂਡ ਹੋਣ, ਨੋਟ ਲੈਸ ਦੈਨ 5.5 ਈਚ, ਜਾਂ ਫਿਰ ਇੰਗਲਿਸ਼ 'ਚ ਨੰਬਰ 70% ਹੋਣ। ਹੁਣ ਕਿਸੇ ਯੂਨੀਵਰਸਿਟੀ 'ਚ ਰਿਕੁਆਇਰਮੈਂਟ 60% ਹੈ, ਕਿਸੇ 'ਚ 70% ਹੈ, ਆਮ ਟਾਕਿੰਗ ਅਬਾਊਟ ਓਨਲੀ ਇਨ ਇੰਗਲਿਸ਼ ਸਬਜੈਕਟ ਇਨ 12th ਸਟੈਂਡਰਡ। ਬਟ ਬੱਚਾ ਤਾਂ ਕਨਫਿਊਜ਼ ਹੋ ਜਾਂਦਾ ਕਿ ਖਰੇ ਗ੍ਰੈਜੂਏਸ਼ਨ 'ਚੋਂ ਵੀ 70% 60% ਚਾਹੀਦੇ ਨੇ, ਨਹੀਂ, ਗ੍ਰੈਜੂਏਸ਼ਨ ਘੱਟੋ ਘੱਟ 55%, ਔਰ ਪਲੱਸ 2 ਚੋਂ ਅੰਗਰੇਜ਼ੀ ਚੋਂ ਘੱਟੋ ਘੱਟ 60% ਨੰਬਰ। ਇਹ ਤਾਂ ਅਗਰ ਤਾਂ ਬਾਕੀ ਦੀਆਂ ਜਿਹੜੀਆਂ ਆਸਟ੍ਰੇਲੀਆ ਦੀਆਂ ਸ਼ਰਤਾਂ ਉਹਨਾਂ ਨੂੰ ਜੇ UK ਨਾਲ ਕੰਪੇਅਰ ਕਰੀਏ, ਸਪੋਸ ਨੇ ਜਾਣਾ UK ਕਿੱਧਰ ਠੀਕ ਹੈ? UK ਸੌਖਾ ਇਸ ਕਰਕੇ ਕਿਉਂਕਿ UK 'ਚ ਕੋਈ ਆਸਟ੍ਰੇਲੀਆ ਵਾਂਗੂ GT ਕ੍ਰਾਈਟੀਰੀਆ ਕਲੀਅਰ ਨਹੀਂ ਕਰਨਾ ਪੈਂਦਾ, ਯੂਨੀਵਰਸਿਟੀਆਂ ਦੇ ਨਖਰੇ ਵਿਆਹ ਦੇ ਕੇਸ ਨੂੰ ਥੋੜ੍ਹੇ ਘੱਟ ਹੈ, ਯੂਨੀਵਰਸਿਟੀ ਜੇ ਸਿਡਨੀ ਦੀ ਗੱਲ ਕਰਾਂ, ਮੈਲਬਨ ਦੇ ਵਿੱਚ ਜਿਹੜੀ ਯੂਨੀਵਰਸਿਟੀ ਥੋੜ੍ਹੇ ਜਿਹੇ ਨਖਰੇ ਸਪਾਊਸ ਕੇਸ ਨੂੰ ਲੈ ਕੇ ਜ਼ਿਆਦਾ। ਬੱਚੇ ਪੁੱਛ ਰਹੇ ਨੇ ਕਿ ਤੁਸੀਂ ਗੱਲ ਕਰ ਰਹੇ ਹੋ ਜੀ ਆਸਟ੍ਰੇਲੀਆ ਦੇ ਕਿਹੜੇ ਇਨਟੇਕ ਦੇ ਵਿੱਚ ਹੁਣ ਸਪੋਸ ਜਾਏਗਾ? ਅਪ੍ਰੈਲ ਔਰ ਜੁਲਾਈ ਦੇ ਦਾਖਲੇ ਖੁੱਲ੍ਹੇ, ਜੇ ਐਲੀਕੋਸ ਨਾਲ ਜਾਣਾ, ਜੁਲਾਈ ਵਿਦਾਊਟ ਐਲੀਕੋਸ ਡਾਇਰੈਕਟ ਡਿਗਰੀ ਮਿਲਦੀ ਹੈ ਤਾਂ ਅਪ੍ਰੈਲ ਦੇ ਦਾਖਲੇ, ਬਟ ਆਲਮੋਸਟ ਮਾਰਚ ਦੇ ਅਸੀਂ 5-7 ਤਰੀਕ ਤੇ ਬੈਠੇ ਹਾਂ, ਅਪ੍ਰੈਲ ਦੀ ਹੁਣ ਆਫਰ ਲੈਟਰ ਮਿਲਣੀ ਮਤਲਬ ਬਹੁਤੀ ਸੌਖੀ ਨਹੀਂ ਗੀ, ਬਟ ਯੈਸ ਮੋਸਟਲੀ ਮੈਂ ਜੁਲਾਈ ਔਰ ਸਪਤੰਬਰ ਐਡੀ ਦੀ ਗੱਲ ਕਰਾਂਗਾ। ਅੱਛਾ, ਇਸ ਵਕਤ ਜੇ ਗੱਲ ਕਰੀਏ UK ਦੀ, ਕੀ ਸਪੌਸ ਕੇਸ ਦੀ ਜਾਂ ਸਿੰਗਲ ਦੀ ਇੰਟਰਵਿਊ ਹੋਣੀ ਜ਼ਰੂਰੀ ਹੈ? ਨਹੀਂ, ਮੈਂ ਜੇ ਆਪਣਾ ਤਜਰਬਾ ਸ਼ੇਅਰ ਕਰਾਂ ਜਨਵਰੀ ਦਾ, ਤਾਂ ਤਕਰੀਬਨ 53 ਸਪਾਊਸ ਕੇਸ ਦੇ ਵੀਜ਼ੇ ਸਾਡੇ ਕੋਲ ਲੱਗੇ ਆ, ਜਿਨ੍ਹਾਂ 'ਚੋਂ ਤਕਰੀਬਨ 8 ਤੋਂ 10 ਬੱਚੇ ਨੇ ਇੰਟਰਵਿਊ ਆਈ ਹੈ। ਉਹਦੇ ਵਿੱਚ ਸਪਾਊਸ ਦੀ ਕਿਸੇ ਨੇ ਇੰਟਰਵਿਊ ਨਹੀਂ ਆਈ, ਸਿਰਫ ਸਟੂਡੈਂਟ ਦੀ ਇੰਟਰਵਿਊ ਆਈ ਜਿਨ੍ਹਾਂ ਨੇ ਗ੍ਰੈਜੂਏਸ਼ਨ 2016 ਤੋਂ ਪਹਿਲਾਂ ਕੀਤੀ ਸੀ। ਸਾਡੇ ਕੋਲ ਪਿਛਲੇ ਮੈਂ ਕੇਸ ਦੀ ਗੱਲ ਕਰਾਂ, ਦਿਵਜੋਤ ਕੌਰ ਲੜਕੀ ਦਾ ਵੀਜ਼ਾ ਲੱਗਾ, 2015 ਜਾਂ 2016 ਪਾਸਪੋਰਟ ਸੀ, ਉਸ ਲੜਕੀ ਦੀ ਇੰਟਰਵਿਊ ਹੋਈ ਤਕਰੀਬਨ 45-50 ਮਿੰਟ, ਲੜਕੀ ਨੇ ਇੰਟਰਵਿਊ ਦਿੱਤੀ, ਕੋਈ ਸਮੱਸਿਆ ਨਹੀਂ, ਵੀਜ਼ਾ ਲੱਗਾ। ਸੋ ਇੰਟਰਵਿਊ ਤੋਂ ਡਰਨ ਦੀ ਲੋੜ ਨਹੀਂ ਦੋਸਤੋ, ਤੁਸੀਂ ਜੋ ਇੰਡੀਆ 'ਚ ਪੜ੍ਹੇ ਹੋ, ਜੋ UK ਜਾ ਕੇ ਪੜ੍ਹਨਾ, ਉਹਦੇ ਬਾਰੇ ਹੀ ਪੁੱਛਿਆ ਜਾਣਾ, ਤੁਹਾਡੀ ਪੜ੍ਹਾਈ ਨੂੰ ਫਾਈਨਾਂਸ ਕੌਣ ਕਰ ਰਿਹਾ, ਸਪੌਂਸਰ ਕੌਣ ਕਰ ਰਿਹਾ, ਤੁਹਾਡੇ ਵਿਆਹ ਬਾਰੇ ਵੀ, ਰਿਸ਼ਤੇ ਬਾਰੇ ਪੁੱਛਦੇ ਨੇ, ਤੁਹਾਡੇ ਕੋਲੋਂ ਕੋਈ ਵੀ ਉਹਨਾਂ ਨੂੰ ਰੋਕਟ ਸਾਇੰਸ ਦਾ ਬਾਹਰੋਂ ਸਵਾਲ ਨਹੀਂ ਪੁੱਛਣਾ ਜੋ ਤੁਹਾਨੂੰ ਨਹੀਂ ਪਤਾ, ਕੇਵਲ ਉਹੀ ਪੁੱਛਿਆ ਜਾਣਾ ਜੋ ਤੁਸੀਂ ਪੜ੍ਹਨ ਚੱਲੇ ਹੋ। ਸੋ ਇੰਟਰਵਿਊ ਦਾ ਕੋਈ ਬਹੁਤਾ ਵੱਡਾ ਮੁੱਦਾ ਨਹੀਂ, ਬਟ ਯੈਸ 2015 ਤੋਂ ਪਹਿਲਾਂ ਪੜ੍ਹਿਆ ਬੱਚਾ ਜਿਹਨੇ ਗ੍ਰੈਜੂਏਸ਼ਨ ਕੀਤੀ, ਉਹਨੂੰ ਦਾਖਲਾ ਲੈਣ 'ਚ ਜ਼ਰੂਰ ਮਈ 'ਚ ਦਿੱਕਤ ਆਏਗੀ, ਕਿਉਂਕਿ ਕੇਵਲ 7 ਤੋਂ 8 ਯੂਨੀਵਰਸਿਟੀਆਂ ਓਪਨ ਨੇ ਮਈ ਟੇਕ ਲਈ, ਪਰ ਸਪਤੰਬਰ ਦੇ ਦਾਖਲੇ ਵੀ 15 ਮਾਰਚ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ, ਜਿਸ 'ਚ ਤਕਰੀਬਨ 130 ਤੋਂ ਉੱਪਰ ਯੂਨੀਵਰਸਿਟੀਜ਼ ਹੋਣਗੀਆਂ। ਫਿਲਹਾਲ ਮਈ ਬੈਚ ਵਿੱਚ ਵੀ ਸਾਡੇ ਕੋਲ ਇਹੋ ਜਿਹੀਆਂ ਯੂਨੀਵਰਸਿਟੀਜ਼ ਨੇ ਜਿਨ੍ਹਾਂ 'ਚ £3,000 ਤੱਕ ਦੀ ਸਕੋਲਰਸ਼ਿਪ ਹੈ। ਸੋ ਅਗਰ ਬੱਚੇ ਦੀ ਫੀਸ £15,000 ਹੈ, ਉਹ 'ਚ £3,000 ਦੀ ਸਕੋਲਰਸ਼ਿਪ ਹੈ, ਕੇਵਲ £12,000 ਫੀਸ ਸਾਲ ਦੀ ਹੈ, ਜੇ ਬੱਚਾ ਸਮੈਸਟਰ ਦੀ ਭਰਦਾ ਕੇਵਲ 6,000 ਤੋਂ ਲੈ ਕੇ £7,000 ਫੀਸ। ਕੌਲ ਲਵਾਂਗੇ ਜੀ ਉਸ ਤੋਂ ਬਾਅਦ। ਇੱਕ ਸਟੂਡੈਂਟਸ ਨੇ ਲਿਖਿਆ ਜੀ, ਮੇਰਾ ਬੈਨ ਲੱਗ ਗਿਆ ਕੈਨੇਡਾ ਦਾ, ਮੈਂ ਕਿੱਥੇ ਜਾ ਸਕਦਾ? ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ, ਯੋਗੇਸ਼ ਜੀ ਨੇ ਇਹ, ਯੋਗੇਸ਼ ਨਾਥ ਜੀ, ਤੁਸੀਂ ਕਾਲ ਕਿਉਂ ਨਹੀਂ ਕਰ ਰਹੇ ਸ਼ੋਅ ਦੇ ਵਿੱਚ? ਮੈਸੇਜ ਬਹੁਤ ਛੱਡ ਰਹੇ ਹੋ, ਕਾਲ ਕਰੋ, ਆਪਣੀ ਸਮੱਸਿਆ ਦੱਸੋ, ਕਿਉਂ ਬੈਨ ਲੱਗਿਆ? ਹੈਲੋ ਜੀ। ਹੈਲੋ, ਹਾਂਜੀ, ਸਾਡੀ ਆਵਾਜ਼ ਆ ਰਹੀ ਤਾਂ ਸਵਾਲ ਪੁੱਛ ਸਕਦੇ ਹੋ? ਹਾਂਜੀ ਸਰ, ਮਤਲਬ ਵੀ ਮੈਂ ਕੈਨੇਡਾ ਦਾ ਵਿਦੇਸ਼ ਦੀ ਫਾਈਲ ਲਗਾਈ ਹੋਈ ਸੀ। ਹਾਂਜੀ, ਮਤਲਬ ਇੱਕ ਦਿਨ ਮੈਨੂੰ ਏਜੰਟ ਦਾ ਫੋਨ ਆਇਆ ਵੀ ਮਤਲਬ ਵੀ ਤੁਹਾਡਾ ਵੀਜ਼ਾ ਆ ਗਿਆ, ਵੀ ਪਾਸਪੋਰਟ ਦੇ ਜੋ, ਮਤਲਬ ਵੀ ਉਹਦੇ ਵਾਸਤੇ ਸਟੈਂਪ ਵਾਸਤੇ, ਮਤਲਬ ਵੀ ਹੁਣ ਵੀ ਵੀਜ਼ਾ ਕਨਫਰਮ ਹੋ ਗਿਆ, ਮਤਲਬ ਵੀ ਸਟੈਂਪ ਲੱਗ ਕੇ ਪੱਕਾ ਹੋ ਗਿਆ, ਪਰ ਹੁਣ ਵੀ ਮਤਲਬ ਵੀ ਹੋ ਸਕਦਾ ਵੀ ਰਿਫਿਊਜ਼ਲ ਆ ਗਏ। ਬਣ ਗਏ ਲੱਡੂ, ਬਣ ਗਏ ਮੇਰਾ ਵੀਰ, ਹੁਣ
ਬਹੁਤ ਮਿਹਰਬਾਨੀ ਜੀ। ਹੁਣ ਗੱਲ ਕਰੀਏ ਜੀ ਯੂਰਪ ਦੇ ਵਿੱਚ ਕਿਸ ਕੰਟਰੀ ਦੇ ਵਿੱਚ ਸਪਾਊਸ ਨੂੰ ਲੈ ਕੇ ਜਿਹੜੀ ਹੈਗੀ ਹੈ ਜ਼ਿਆਦਾ ਅਟਰੈਕਸ਼ਨ ਔਰ ਜ਼ਿਆਦਾ ਸੌਖਾ? ਰਣਵੀਰ ਭਾਅ ਜੀ ਬਹੁਤੇ ਬੱਚਿਆਂ ਨੂੰ ਲੋਕਾਂ ਨੂੰ ਈਵਨ ਕਿ ਕੰਸਲਟੈਂਟ ਤੱਕ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਡੈਨਮਾਰਕ ਅਤੇ ਸਵੀਡਨ ਇੱਕ ਇਹੋ ਜਿਹੇ ਮੁਲਕ ਆ ਜਿਹੜੇ ਸਪਾਊਸ ਨੂੰ ਇੱਥੋਂ ਨਾਲ ਪਹਿਲੇ ਦਿਨ ਤੋਂ ਵਰਕ ਪਰਮਿਟ ਦਾ ਅਧਿਕਾਰ ਦਿੰਦੇ ਆ। ਈਵਨ ਕਿ ਬੱਚਿਆਂ ਦੀ ਮੈਡੀਕਲ ਬੱਚਿਆਂ ਦੀ ਐਜੂਕੇਸ਼ਨ ਤੱਕ ਬਿਲਕੁਲ ਫਰੀ ਹੈ। ਔਰ ਅਗਲੇ ਸਾਲ ਜੇ ਮੈਂ ਸਵੀਡਨ ਦੀ ਗੱਲ ਕਰਾਂ ਇਮੀਗ੍ਰੇਸ਼ਨ ਪਾਲਿਸੀ ਮੁਤਾਬਕ ਜਿਹੜਾ ਸਪਾਊਸ ਹੈ ਉਹ ਵੀ ਪੜ੍ਹਾਈ ਫਰੀ ਕਰ ਸਕਦਾ। ਇੱਕ ਸਾਲ ਬੱਚਾ ਜਾ ਕੇ ਜਿਹੜਾ ਸਪਾਊਸ ਜਾਂਦਾ ਫੁੱਲ ਟਾਈਮ ਕੰਮ ਕਰਦਾ, ਅਗਲੇ ਸਾਲ ਉਹ ਪੜ੍ਹਾਈ ਬਿਲਕੁਲ ਫਰੀ ਕਰ ਸਕਦਾ। ਸੋ ਕੋਈ ਵੀ ਸਟੂਡੈਂਟ ਜਿਹਨੇ ਗ੍ਰੈਜੂਏਸ਼ਨ ਕੀਤੀ ਹੈ ਜਿਹਦੇ ਆਇਲਸੋ 6.5 ਬੈਂਡ ਆ, 6 ਈਚ ਹੈ, ਸਵੀਡਨ ਅਤੇ ਡੈਨਮਾਰਕ ਸਪਾਊਸ ਦੇ ਨਾਲ ਪੜ੍ਹਨ ਜਾ ਸਕਦਾ। ਬਟ ਆਇਲਸ ਵੇਵ ਆਫ ਹੀ ਹੈ ਇਹਦੇ ਵਿੱਚ। ਵੇਵ ਆਫ ਕਿਹਦੇ ਲਈ ਹੈ? ਅਗਰ ਤੁਸੀਂ ਬੀ ਟੈਕ ਕੀਤੀ ਹੈ ਤਾਂ ਆਇਲਸ ਕਰਨ ਦੀ ਲੋੜ ਨਹੀਂ। ਸੋ ਕੇਵਲ ਉਹੀ ਵਾਲੇ ਬੱਚੇ ਸਾਨੂੰ ਇੱਦਾਂ ਦੀਆਂ ਕਾਲਸ ਕਰਨ, ਕਿਉਂਕਿ ਨੋਰਮਲੀ ਜਿਹੜੀ ਐਡਵਰਟੀਜ਼ਮੈਂਟ ਪੋਸਟ ਸਾਡੀਆਂ ਯੂਟਿਊਬ ਅਤੇ ਫੇਸਬੁੱਕ 'ਤੇ ਚੱਲਦੀਆਂ ਨੇ ਯੂਰਪ 'ਚ ਸਪਾਊਸ ਦੇ ਨਾਲ। ਜਿਹਨੇ ਬੀ ਏ ਕੀਤੀ ਹੈ ਉਹਦੇ ਲਈ ਆਇਲਸ 6.5 ਬੈਂਡ ਦੀ ਕੰਪਲਸਰੀ ਹੈ, ਕੰਪਲਸ਼ਨ ਹੈ। ਜਿਹਨੇ ਬੀ ਟੈਕ ਕੀਤੀ ਹੈ ਚਾਹੇ 4 ਸਾਲ 5 ਸਾਲ 10 ਸਾਲ ਦਾ ਗੈਪ ਹੈ। ਹੁਣ ਰੀਸੈਂਟਲੀ ਅਸੀਂ ਇੱਕ ਰੁਪਿੰਦਰ ਕੌਰ ਅਤੇ ਪਰਮੀਲਾ ਕੌਰ ਦਾ ਵੀਜ਼ਾ ਅਸੀਂ ਉਹਨਾਂ ਨੂੰ ਗ੍ਰਾਂਟ ਕਰਵਾ ਕੇ ਦਿੱਤਾ ਹੈ। 2012 ਦੇ ਵਿੱਚ ਪਰਮੀਲਾ ਕੌਰ ਨੇ ਗ੍ਰੈਜੂਏਸ਼ਨ ਕੀਤੀ ਸੀ ਅਤੇ 14 ਦੇ ਵਿੱਚ ਰੁਪਿੰਦਰ ਕੌਰ ਨੇ ਕੀਤੀ ਸੀ। ਸੋ 6 ਸਾਲ ਤੋਂ ਲੈ ਕੇ 8 ਸਾਲ ਦੇ ਗੈਪ ਦੇ ਵੀਜ਼ੇ ਅਸੀਂ ਆਲਰੇਡੀ ਆਪਣੇ ਫੇਸਬੁੱਕ ਪੇਜ 'ਤੇ ਦਿਖਾਏ ਆ। ਸੋ ਬੀ ਟੈਕ ਕੀਤੀ ਹੈ, ਆਇਲਸ ਕਰਨ ਦੀ ਲੋੜ ਨਹੀਂ। ਬੀ ਸੀ ਏ ਕਰਕੇ ਐੱਮ ਐੱਸ ਸੀ ਜਾਂ ਐੱਮ ਸੀ ਏ ਕੀਤੀ ਹੈ, ਆਇਲਸ ਕਰਨ ਦੀ ਲੋੜ ਨਹੀਂ। ਬੀ ਬੀ ਏ ਕਰਕੇ ਐੱਮ ਬੀ ਏ ਕੀਤੀ ਹੈ, ਆਇਲਸ ਕਰਨ ਦੀ ਲੋੜ ਨਹੀਂ। ਬਟ ਜੇ ਕੇਵਲ ਤੁਸੀਂ ਬੀ ਏ ਕੀਤੀ ਹੈ ਉਹ 'ਚ ਆਇਲਸ ਦੇ 6.5 ਬੈਂਡ ਚਾਹੀਦੇ। ਜੇ ਕੇਵਲ ਬੀ ਕੌਮ ਕੀਤੀ ਹੈ ਤਾਂ ਵੀ ਆਇਲਸ 6.5 ਬੈਂਡ ਚਾਹੀਦੇ। ਸੋ ਅਗਰ ਆਪਣੀ ਗ੍ਰੈਜੂਏਸ਼ਨ ਦੇ ਨਾਲ ਆਇਲਸ ਵੇਵ ਆਫ ਦੀ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਜੋ ਚੱਲ ਰਿਹਾ 70509 70509, ਇਸ ਨੰਬਰ 'ਤੇ ਤੁਸੀਂ ਆਪਣੇ ਡਾਕੂਮੈਂਟ ਸਾਨੂੰ ਵਟਸਐਪ ਕਰਕੇ ਇੰਨੀ ਕੁ ਅਸੈਸਮੈਂਟ ਜ਼ਰੂਰ ਕਰਾ ਸਕਦੇ ਹੋ ਕਿ ਮੈਨੂੰ ਆਇਲਸ ਕਰਨ ਦੀ ਲੋੜ ਹੈ ਜਾਂ ਨਹੀਂ। ਸਪਾਊਸ ਨਾਲ ਇੱਥੋਂ ਪਹਿਲੇ ਦਿਨ ਵਰਕ ਪਰਮਿਟ 'ਤੇ ਜਾਏਗਾ, ਬੱਚਾ ਨਾਲ 'ਚ ਜਾਏਗਾ ਇੱਕ ਚਾਹੇ ਦੋ ਚਾਹੇ ਤਿੰਨ, ਉਹਨਾਂ ਨੂੰ ਮੈਡੀਕਲ ਅਤੇ ਜਿਹੜੀ ਐਜੂਕੇਸ਼ਨ ਉਹਨੇ ਬਿਲਕੁਲ ਫਰੀ ਹੋਏਗੀ ਜੀ। ਅਗਲੀ ਕਾਲ ਲਵਾਂਗੇ ਜੀ। ਹੈਲੋ, ਹੈਲੋ, ਹਾਂਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਸਰ ਮੈਂ ਨਾ ਐਕਚੁਅਲੀ ਐਮਐਸਸੀ ਕਰ ਰਿਹਾ ਨਾ, ਫਾਈਨਲ ਈਅਰ ਕਰ ਰਿਹਾ ਜੀ, ਤੇ ਮੈਂ ਇਸ ਤੋਂ ਬਾਅਦ ਆਇਲਸ ਕਰਕੇ ਕੈਨੇਡਾ ਜਾ ਸਕਦਾ ਜੀ? ਮੇਰਾ ਹੋ ਸਕਦਾ ਕੈਨੇਡਾ ਦਾ? ਮੇਰੇ 12th ਜੋ ਸੀਗੇ 72, ਮੇਰੀ ਗ੍ਰੈਜੂਏਸ਼ਨ ਜੋ 77 ਤੇ ਮੇਰੀ ਮਾਸਟਰਸ 75-80 ਦੇ ਵਿੱਚ ਖਤਮ ਹੋ। ਮਾਸਟਰਸ ਕਿਹੜੇ ਸਾਲ 'ਚ ਪਾਸ ਹੋਈ ਹੈ? ਮਾਸਟਰਸ ਮੇਰੀ ਹੁਣ ਮਤਲਬ 2-3 ਮਹੀਨੇ ਰਹਿ ਗਏ ਫਾਈਨਲ ਈਅਰ ਕਰ ਰਿਹਾ। 6.56 2020 ਦੀ ਹੋਊਗੀ। 6.56 ਇਨ ਈਚ ਲੈਣੇ ਪੈਣੇ ਆਇਲਸ ਵਿੱਚੋਂ, ਬਿਲਕੁਲ ਜਾ ਸਕਦੇ ਹੋ ਫਰਦਰ ਪੋਸਟ ਗ੍ਰੈਜੂਏਟ ਦੇ ਸਪੈਸ਼ਲਾਈਜ਼ ਡਿਪਲੋਮਾ ਦੇ ਲਈ। ਪੋਸਟ ਗ੍ਰੈਜੂਏਸ਼ਨ ਪੀਜੀ ਡਿਪਲੋਮਾ ਲਈ ਜਾ ਸਕਦੇ ਹੋ ਬ੍ਰਦਰ, ਮਾਸਟਰ ਤੋਂ ਬਾਅਦ ਜਿਹੜੀ ਤੁਸੀਂ ਮਾਸਟਰਸ ਕੀਤੀ ਉਹਦੇ ਰਿਲੇਟਡ ਹੀ ਤੁਹਾਨੂੰ ਸਪੈਸ਼ਲਾਈਜ਼ ਪ੍ਰੋਗਰਾਮ ਮਿਲ ਸਕਦਾ। ਆਇਲਸ 6.5 ਬੈਂਡ ਦੀ ਰਿਕੁਆਇਰਮੈਂਟ ਹੈ, 6 ਈਚ, ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਜਾਣ ਦੇ। ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ। ਥੈਂਕ ਯੂ ਜੀ ਕਾਲ ਕਰਨ ਲਈ, ਧੰਨਵਾਦ। ਹੁਣ ਗੱਲ ਕਰੀਏ ਜੀ ਥੋੜ੍ਹੀ ਜਿਹੀ ਨਿਊਜ਼ੀਲੈਂਡ ਬਾਰੇ। ਕਾਫੀ ਸਾਰੇ ਬੱਚੇ ਸਵਾਲ ਵੀ ਪਾ ਰਹੇ ਨੇ ਕਿ ਨਿਊਜ਼ੀਲੈਂਡ ਦੀ ਗੱਲ ਨਹੀਂ ਹੋ ਰਹੀ ਜਦੋਂ ਕਿ ਸਪਾਊਸ ਵੀਜ਼ਾ ਬਹੁਤ ਅੱਛੇ ਤਰੀਕੇ ਦੇ ਨਾਲ ਨਿਊਜ਼ੀਲੈਂਡ ਦੇ ਰਿਹਾ, ਸ਼ਰਤਾਂ ਕੀ ਨੇ, ਬਾਕੀਆਂ ਨਾਲ ਵੱਡ ਕੀ ਹੈਗਾ, ਬੈਨੀਫਿਟ ਕੀ ਹੈਗੇ ਨਿਊਜ਼ੀਲੈਂਡ? ਹੁਣ ਇੱਥੇ ਗੱਲ ਬੜੀ ਧਿਆਨ ਨਾਲ ਸਮਝਣ ਦੀ ਲੋੜ ਹੈ। ਨਿਊਜ਼ੀਲੈਂਡ ਵਿੱਚ ਸਪਾਊਸ ਨਾਲ ਜਾਂਦਾ ਹੈ, ਬਟ ਜਾਂਦਾ ਕੇਵਲ ਉਸ ਬੱਚੇ ਦੇ ਨਾਲ ਹੈ ਜਿਹੜਾ ਬੱਚਾ ਲੈਵਲ 8 ਦੇ ਪੀ ਜੀ ਡਿਪਲੋਮੇ 'ਚ ਪੜ੍ਹਨ ਚੱਲਿਆ। ਹੁਣ ਨੋਰਮਲੀ ਹੁੰਦਾ ਕੀ ਹੈ, ਠੱਗੀ ਦੀ ਜਿਹੜੀ ਦੁਕਾਨ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸਟੂਡੈਂਟ ਨੇ ਗ੍ਰੈਜੂਏਸ਼ਨ ਕੀਤੀ, ਉਹਦੇ ਆਇਲਸ 6 ਬੈਂਡ ਹੈ, ਬੱਚੇ ਨੂੰ ਲੈਵਲ 7 'ਚ ਦਾਖਲਾ ਕਰਾ ਕੇ ਕਹਿ ਦਿੱਤਾ ਜਾਂਦਾ ਕਿ ਪਹਿਲਾਂ ਕੁੜੀ ਭੇਜ ਦਾਂਗੇ ਬਾਅਦ 'ਚ ਮੁੰਡਾ ਭੇਜ ਦਾਂਗੇ, ਵਿਚ ਇਜ਼ ਨੋਟ ਪੋਸੀਬਲ। ਕਿਉਂਕਿ ਅਗਰ ਸਟੂਡੈਂਟ ਲੈਵਲ 7 'ਚ ਪੜ੍ਹਨ ਜਾ ਰਿਹਾ ਤਾਂ ਉਹਦੇ ਸਪਾਊਸ ਨੂੰ ਵਰਕ ਕੰਮ ਕਰਨ ਦਾ ਅਧਿਕਾਰ ਹੈ ਹੀ ਨਹੀਂ, ਉਹ ਕੇਵਲ ਇੱਕ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਜਾ ਸਕਦਾ। ਬਟ ਕੇਵਲ ਵਰਕ ਪਰਮਿਟ ਦਾ ਅਧਿਕਾਰ ਉਸ ਡਿਪੈਂਡੈਂਟ ਉਸ ਸਪਾਊਸ ਨੂੰ ਹੈ ਜਿਹਦਾ ਮੇਨ ਐਪਲੀਕੈਂਟ ਲੈਵਲ 8 'ਚ ਪੜ੍ਹਨ ਜਾ ਰਿਹਾ। ਲੈਵਲ 8 ਤੋਂ ਮੇਰਾ ਭਾਵ ਪੋਸਟ ਗ੍ਰੈਜੂਏਟ ਡਿਪਲੋਮੇ ਪੜ੍ਹਨ ਜਾ ਰਿਹਾ, ਜਿਹੜਾ ਕਿ ਨੋਰਮਲੀ ਵੱਡੇ ਵੱਡੇ ਗਵਰਨਮੈਂਟ ਇੰਸਟੀਚਿਊਟ ਵਰਗੇ 'ਚ ਮਿਲਦਾ, ਜਿਵੇਂ ਜਿਹੜਾ ਵਰੈਕੀ ਦਾ ਨਾਮ ਬਦਲ ਕੇ ਟੋਏ ਹੋਏ ਮੈਂ ਬਣਿਆ ਉਹਦੇ ਵਿੱਚ ਹੈ, ਬੇ ਆਫ ਪਲੰਟੀ ਵਿੱਚ ਹੈ, ਓਟੈਗੋ ਇੰਸਟੀਚਿਊਟ ਵਿੱਚ ਹੈ। ਸਾਡੇ ਕੋਲ ਕਈ ਹੋ ਜਿਹੇ ਇੰਸਟੀਚਿਊਟਸ ਨੇ ਜਿਨ੍ਹਾਂ 'ਚ ਲੈਵਲ 8 'ਚ ਬੱਚਾ ਪੜ੍ਹਨ ਜਾ ਸਕਦਾ। ਤੁਸੀਂ ਇੰਡੀਆ 'ਚ ਬੀ ਏ ਕੀਤੀ ਹੈ, ਬੀ ਕੌਮ ਕੀਤੀ ਹੈ, ਬੀ ਸੀ ਏ ਕੀਤੀ, ਕੋਈ ਵੀ ਗ੍ਰੈਜੂਏਸ਼ਨ ਕੀਤੀ ਹੈ, ਚਾਹੇ 55% ਨੰਬਰ ਹੈ, ਚਾਹੇ 50% ਨੰਬਰ ਹੀ ਕਿਉਂ ਨਾ ਹੋਣ, 50% ਨੰਬਰ ਤੁਹਾਡੇ ਗ੍ਰੈਜੂਏਸ਼ਨ ਦੇ। ਆਇਲਸ ਓਵਰਆਲ 6.5, ਨੋਟ ਲੈਸ ਦੈਨ 6। ਅਗਰ ਕਿਸੇ 'ਚੋਂ 5.5 ਆ ਕੇ ਨੋਟ ਐਲੀਜੀਬਲ, ਕਿਉਂਕਿ ਲੈਵਲ 8 ਦੀ ਰਿਕੁਆਇਰਮੈਂਟ 6.5 ਓਵਰਆਲ 6 ਈਚ ਹੈ। ਅਗਰ ਦੋ ਸ਼ਰਤਾਂ ਪੂਰੀਆਂ ਕਰਦੇ ਹੋ, ਆਪਦੇ ਸਪਾਊਸ ਨੂੰ, ਆਪਦੇ ਹਸਬੈਂਡ ਨੂੰ, ਆਪਦੇ ਬੱਚੇ ਨੂੰ ਇੱਥੋਂ ਨਾਲ ਲੈ ਕੇ ਜਾ ਸਕਦੇ ਹੋ, ਔਰ ਹਸਬੈਂਡ ਨੂੰ ਫੁੱਲ ਟਾਈਮ ਕੰਮ ਕਰਨ ਦੀ ਪਰਮਿਸ਼ਨ ਹੈ। ਸੋ ਇੰਨੀ ਗੱਲ ਇੱਕ ਨਰਸ਼ਾ ਜ਼ਰੂਰ ਨਿਕਲ ਕੇ ਆ ਰਹੀ ਹੈ ਕਿ ਸਪਾਊਸ ਰਮੀਲ ਭਾਜੀ ਕੇਵਲ ਉਸ ਬੱਚੇ ਦੇ ਨਾਲ ਜਾ ਸਕਦਾ ਹੈ ਜਿਹਨੇ ਗ੍ਰੈਜੂਏਸ਼ਨ ਜ਼ਿਆਦਾਤਰ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਲਈ ਜਿਹੜੇ ਜਾਣ। ਅੱਜ ਆਸਟ੍ਰੇਲੀਆ ਮੈਂ ਗੱਲ ਕੀਤੀ, ਯੂਕੇ ਗੱਲ ਕੀਤੀ, ਸਵੀਡਨ ਕੀਤੀ, ਡੈਨਮਾਰਕ ਕੀਤੀ, ਅੱਜ ਨਿਊਜ਼ੀਲੈਂਡ ਕੀਤੀ। ਕੋਈ ਵੀ 12ਵੀਂ ਪਾਸ ਬੱਚਾ ਆਪਦੇ ਸਪਾਊਸ ਨੂੰ ਨਾਲ ਨਹੀਂ ਲੈ ਕੇ ਜਾ ਸਕਦਾ, ਕੇਵਲ ਜਿਹਨਾਂ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੈ। ਸਿਰਫ ਕੈਨੇਡਾ ਇੱਕ ਜਿਹੜਾ ਹੈਗਾ ਬਾਅਦ ਦੇ ਵਿੱਚ ਜਾ ਸਕਦਾ ਹੈ, ਮਾਸਟਰ ਦੀ ਲੋੜ ਨਹੀਂ। ਬਿਲਕੁਲ, ਬਹੁਤ ਸਾਰੀਆਂ ਕੰਟਰੀ ਅਸੀਂ ਬਿਨਾਂ ਆਇਲਸ ਤੋਂ ਗੱਲ ਕੀਤੀ, ਜਿਵੇਂ
ਸਵੀਡਨ ਵਿੱਚ, ਡੈਨਮਾਰਕ ਵਿੱਚ ਬੀਟੈਕ ਵਾਲੇ ਬੱਚਿਆਂ ਨੂੰ ਆਇਲਸ ਕਰਨ ਦੀ ਲੋੜ ਨਹੀਂ, ਸਪਾਊਸ ਅਤੇ ਬੱਚੇ ਨਾਲ ਜਾ ਸਕਦੇ, ਕੇਵਲ ਨਿਊਜ਼ੀਲੈਂਡ ਵਿੱਚ 6.5 ਬੈਂਡ ਦੀ ਰਿਕੁਆਇਰਮੈਂਟ ਆ। ਸੋ ਅੱਜ ਇਸ ਸ਼ੋਅ ਦਾ ਮਕਸਦ ਇਹ ਸੀਗਾ ਕਿ ਜਿਹੜੇ ਮੁੰਡਾ ਕੁੜੀ ਇੱਥੋਂ ਕਿਸੇ ਕੰਟਰੀ 'ਚ ਜਾ ਕੇ ਸੈਟਲ ਹੋਣਾ ਚਾਹੁੰਦੇ ਆ, ਉਹ ਅੱਜ ਇਹ ਸੋਚਦੇ ਕਿ ਕੁੜੀ ਨੂੰ ਪਹਿਲਾਂ ਭੇਜ ਦਾਂਗੇ, ਮੁੰਡਾ ਬਾਅਦ ਚੱਲ ਜਾਏਗਾ, ਬਟ ਮੁੰਡਾ ਬਾਅਦ 'ਚ ਇੱਥੇ ਰਹਿੰਦਾ, ਕੁੜੀ ਉੱਥੇ ਤਰਸਦੀ ਰਹਿੰਦੀ ਹੈ। ਉਹਦੇ ਲਈ ਅੱਜ ਕੈਨੇਡਾ ਨੂੰ ਛੱਡ ਕੇ ਆਪਾਂ UK, ਆਸਟ੍ਰੇਲੀਆ, ਸਵੀਡਨ, ਡੈਨਮਾਰਕ ਵਾਲੇ ਪਾਸੇ ਸੋਚੀਏ। ਜੇ ਸਵੀਡਨ ਦੀ ਗੱਲ ਕਰਾਂ ਤਾਂ 0% ਸਕਸੈਸ, 0% ਕ੍ਰਾਈਮ ਰੇਟ ਹੈ ਜੀ। ਇਹੋ ਜਿਹੇ ਮੁਲਕਾਂ ਬਾਰੇ ਆਪਾਂ ਕਦੇ ਸੋਚਿਆ ਨਹੀਂ। ਹਾਂਜੀ ਹਾਂਜੀ, ਕੀ ਸਵਾਲ ਹੈ ਜੀ? ਹੈਲੋ। ਹਾਂਜੀ ਹਾਂਜੀ, ਲਾਈਵ ਕਾਲ ਹੋ ਰਹੀ? ਬਿਲਕੁਲ ਜੀ ਬਿਲਕੁਲ। ਹਾਂਜੀ ਸਰ, ਮੇਰੇ ਨਾ 2018 ਚ ਪਾਸ ਆਊਟ ਹੋਇਆ ਕਾਮਰਸ ਜੀ। ਅੱਛਾ ਜੀ। ਚਲੋ 57 ਬਣ ਗਏ ਜੀ। ਤੇ ਮੈਂ ਕੈਨੇਡਾ ਇੱਕ ਵਾਰ ਵਿਜ਼ਿਟਡ ਆ, ਦੋ ਵਾਰ ਮੈਂ USA ਵਿਜ਼ਿਟਡ ਹੈਗਾ। ਅੱਛਾ ਜੀ। ਆਈਲਟਸ ਮੇਰੀ ਹੈਗੀ 6.5 ਓਵਰਆਲ, ਨਾਟ ਲੈਸ ਦੈਨ 6। ਵੈਰੀ ਗੁੱਡ। ਤੇ ਮੇਰਾ ਮੈਂ ਇੱਕ ਸਾਲ ਕਾਲਜ ਗਿਆ, ਉਸ ਤੋਂ ਬਾਅਦ ਮੈਂ ਕਾਲਜ ਨਹੀਂ ਗਿਆ। ਮੇਰੀ ਕੀ ਐਲੀਜੀਬਿਲਟੀ ਹੈਗੀ ਹੈ ਜੀ ਕੈਨੇਡਾ ਦੀ? ਨਹੀਂ ਹੈਗੀ। ਹੁਣ ਇਹ ਦੱਸੋ ਕਿ ਮਨ 'ਚ ਡਰ ਕੀ ਸਤਾ ਰਿਹਾ ਕਿ ਮੇਰੀ ਪਰਸੈਂਟੇਜ? ਸਵਾਲ ਕੀ ਹੈ ਤੁਹਾਡਾ? ਮੇਰਾ ਇਹੀ ਸਵਾਲ ਹੈ ਜੀ, ਮੇਰਾ ਕੈਨੇਡਾ ਦਾ ਵੀਜ਼ਾ ਆ ਸਕਦਾ, ਸਟੱਡੀ ਵੀਜ਼ਾ? ਬਿਲਕੁਲ ਆ ਸਕਦਾ ਜੀ। ਮਨ 'ਚ ਡਾਊਟ ਕਨਫਿਊਜ਼ਨ ਹੈ ਅਕੈਡਮਿਕ ਸਕੋਰ ਘੱਟ ਕਰਕੇ ਹੈ? ਹਾਂਜੀ, ਕੀ ਕਹਿੰਦੇ ਪਏ ਹੋ? ਮਨ 'ਚ ਕਨਫਿਊਜ਼ਨ ਕਿਸ ਚੀਜ਼ ਦੀ ਹੈ ਕਿ ਮੇਰੇ ਅਕੈਡਮਿਕ ਸਕੋਰ ਘੱਟ ਹੈ ਤਾਂ ਨਹੀਂ ਮੇਰਾ ਵੀਜ਼ਾ ਹੋਣਾ? ਮੈਨੂੰ ਆਈ ਮੈਨੂੰ ਡਰ ਹੈ ਜੀ, ਮੇਰੇ ਪਲੱਸ ਵਿੱਚ ਨਾ ਮੇਰੇ ਗ੍ਰੇਡ ਘੱਟ ਗਏ ਹੈ। ਓਕੇ। ਤੇ ਮੇਰਾ ਵੀਜ਼ਾ ਨਹੀਂ ਆਣਾ, ਮੈਨੂੰ ਇਹ ਡਰ ਹੈ। RS ਗਲੋਬਲ ਦਾ ਹੈਗਾ ਮੇਰੇ ਕੋਲ। RS ਗਲੋਬਲ ਕੋਈ USA ਦਾ ਵਿਜ਼ਿਟਰ ਹੈਗਾ? ਨਹੀਂ ਨਹੀਂ, ਵਿਜ਼ਿਟਰ ਵੀਜ਼ਾ ਹੈਗਾ ਮੇਰੇ, ਉਹਦਾ ਸਟੱਡੀ ਵੀਜ਼ਾ ਨਾਲ ਕੋਈ ਤਾਲੁਕਾਤ ਨਹੀਂ। ਤੁਸੀਂ ਕੈਨੇਡਾ ਟਰੈਵਲ ਕੀਤਾ, US ਟਰੈਵਲ ਕੀਤਾ, ਇਹ ਚੀਜ਼ ਤੁਹਾਨੂੰ ਕਿਸੇ ਹੋਰ ਕੰਟਰੀ ਦਾ ਵਿਜ਼ਿਟਰ ਵੀਜ਼ਾ ਲੈਣ 'ਚ ਹੈਲਪ ਕਰ ਸਕਦੀ ਹੈ, ਬਟ ਸਟੱਡੀ ਵੀਜ਼ੇ ਦਾ ਕੋਈ ਤਾਲੁਕਾਤ ਨਹੀਂ। ਕੀ ਤੁਸੀਂ RS ਗਲੋਬਲ ਦਾ ਫੇਸਬੁੱਕ ਪੇਜ ਲਾਈਕ ਕੀਤਾ ਹੋਇਆ? ਹਾਂਜੀ ਸਰ, ਕੀਤਾ ਹੋਇਆ ਜੀ। ਉੱਥੇ ਜਾ ਕੇ ਵੇਖਿਓ, ਨਵੇਂ ਸ਼ਹਿਰ ਬ੍ਰਾਂਚ ਦਾ ਇੱਕ ਮੁੰਡਾ ਸੀਗਾ, ਉਹਦਾ ਨਾਮ ਨਹੀਂ ਪਤਾ ਪਰ ਸਰਨੇਮ ਪ੍ਰੈਸ਼ਰ ਕਰਕੇ ਸੀ, ਉਸ ਲੜਕੇ ਦਾ 47% ਦੇ ਵੀਜ਼ਾ ਲੱਗਾ। ਬੱਚੇ ਨੇ ਬੀਟਾ ਕੀਤੀ ਸੀ, ਬੱਚੇ ਦੀਆਂ ਲਗਭਗ 18 ਸਪਲੀਆਂ ਸੀ ਔਰ 47% ਬੱਚੇ ਨੰਬਰ ਸੀ, ਬਟ ਉਹਦੇ ਆਇਲਸ 6.56 ਸੀਗੇ। ਹੁਣ ਤੁਹਾਡੇ ਅਗਰ ਆਇਲਸ ਓਵਰਆਲ 6, 1 'ਚੋਂ 5.5 ਹੁੰਦੇ ਤਾਂ ਮੈਂ ਕਹਿੰਦਾ ਵੀ ਕੇਸ ਕਮਜ਼ੋਰ ਆ ਮੇਰਾ ਵੀ। ਮੈਂ ਸਮਝ ਗਿਆ ਸਮਝ ਗਿਆ। ਅਗਰ ਆਇਲਸ ਓਵਰਆਲ 6, 1 'ਚੋਂ 5.5 ਹੁੰਦੇ ਫਿਰ ਮੈਂ ਕਹਿੰਦਾ ਵੀ ਆਇਲਸ ਇੰਪਰੂਵ ਕਰ ਲਓ, ਕੇਸ ਕਮਜ਼ੋਰ ਹੈ। ਬਟ ਜੇ ਤੁਹਾਡੀ ਪਰਸੈਂਟੇਜ 60 ਤੋਂ ਘੱਟ ਹੈ ਪਰ ਤੁਹਾਡੇ ਆਇਲਸ 6E 'ਚ ਹੈ ਤਾਂ ਤੁਸੀਂ SGS ਕੈਟਾਗਰੀ 'ਚ ਅਪਲਾਈ ਕਰੋਗੇ, ਤੁਸੀਂ ਬੇਫਿਕਰ ਹੋ ਕੇ ਅਪਲਾਈ ਕਰੋ। ਬਟ ਲੋੜ ਹੈ ਜਿਹੜੇ ਘੱਟ ਨੰਬਰਾਂ ਵਾਲਾ ਕੋਰਸ ਚੂਜ਼ ਕਰਕੇ, ਜੇ ਤੁਸੀਂ ਜਿਹੜੀ ਲਾਸਟ ਤੁਸੀਂ ਕੁਆਲੀਫਿਕੇਸ਼ਨ ਦੱਸੀ ਹੈ +2 ਦੀ ਕਾਮਰਸ ਵਿੱਚ ਕੀਤੀ ਹੈ, ਇਹੋ ਜਿਹਾ ਕੋਰਸ ਲਿਓ ਜਿਹੜਾ 55% ਨੰਬਰਾਂ ਦੇ ਵੀਜ਼ਾ ਦਵਾ ਸਕੇ। ਸੋ ਸਾਡੇ ਕੋਲ ਮੌਂਟਰੀਅਲ ਦੇ ਵਿੱਚ ਕੈਨੇਡਾ, ਮੌਂਟਰੀਅਲ 'ਚ ਕੈਨੇਡਾ ਕਾਲਜ ਆ ਤੁਹਾਡੇ ਲਈ, ਜਿਸ 'ਚ ਬਿਜ਼ਨਸ ਫਾਈਨਾਂਸ ਦਾ ਪ੍ਰੋਗਰਾਮ ਮਿਲੂਗਾ। ਉਹ ਸਾਲ ਦੀ ਫੀਸ ਹੈ $9,250, ਕੇਵਲ $4.5 ਲੱਖ ਰੁਪਏ ਸਾਲ ਦੀ ਫੀਸ ਹੈ, ਔਰ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਵੀ ਹੈ ਜੀ। ਇੱਕ ਸਵਾਲ ਕਾਫੀ ਵਾਰ ਬੱਚੇ ਨੇ ਪੁੱਛਿਆ ਹੈਗਾ ਜੀ, ਕਲਾਸ 12th ਨੋਨ ਮੈਡੀਕਲ ਵਿਦ 5.5%, ਹਾਂ 55 ਇਨ 2019 ਦੇ ਵਿੱਚ ਪਾਸ ਨੇ ਜੀ, 6E 'ਚ ਨੇ। ਉਹ ਕਹਿੰਦੇ ਜੀ ਕੀ ਮੈਂ ਸਰਕਾਰੀ ਕਾਲਜ ਲਈ ਜਿਹੜਾ ਹੈਗਾ ਅਪਲਾਈ ਕਰ ਸਕਦਾ? ਸਰਕਾਰੀ ਤੋਂ ਭਾਵ ਮੇਰੇ ਖਿਆਲ ਇਹ ਕਹਿ ਰਹੇ ਨੇ ਵਰਕ ਪਰਮਿਟ ਪਬਲਿਕ, ਹਾਂ ਪਬਲਿਕ ਬਿਲਕੁਲ ਕਰ ਸਕਦੇ ਹੋ ਜੀ। ਮੈਂ ਉਸ ਕਾਲਜ ਦੀ ਹੀ ਗੱਲ ਕਰ ਰਿਹਾ, ਬੇਸ਼ੱਕ ਜਿਹੜਾ ਕੈਨੇਡਾ ਕਾਲਜ ਹੈ ਇਟਸ ਨੋਟ ਅ ਪਬਲਿਕ ਕਾਲਜ, ਇਹ ਸਰਕਾਰੀ ਕਾਲਜ ਨਹੀਂ ਹੈ, ਬਟ ਤੁਸੀਂ ਕਿਊਬੈਕ ਦੇ ਕਿਸੇ ਵੀ ਕਾਲਜ ਪੜ੍ਹਦੇ ਹੋ, 2 ਸਾਲ ਦੀ ਪੜ੍ਹਾਈ ਯਾਨੀ ਕਿ 1800 ਆਵਰਸ ਦੀ ਸਟੱਡੀ ਖਤਮ ਕਰਨ ਤੋਂ ਬਾਅਦ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਹੈ। ਔਰ ਕੈਨੇਡਾ ਕਾਲਜ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਕੈਨੇਡਾ ਕਾਲਜ ਪੜ੍ਹ ਕੇ ਤੁਹਾਨੂੰ ਸਾਲ ਦੀ ਕੇਵਲ 4.5 ਲੱਖ ਰੁਪਏ ਫੀਸ ਭਰਨੀ ਹੈ। ਮੈਂ ਜੇ ਡਾਲਰ 'ਚ ਵੀ ਦੱਸ ਦਿੰਦਾ, $9,250 ਕੈਨੇਡੀਅਨ ਡਾਲਰ ਇੱਕ ਸਾਲ ਦੀ ਫੀਸ ਭਰ ਕੇ ਤੁਸੀਂ ਵੀਜ਼ਾ ਲੈ ਸਕਦੇ ਹੋ SDS ਕੈਟਾਗਰੀ ਦੇ ਵਿੱਚ। ਬੱਚਿਆਂ 'ਚ ਕਨਫਿਊਜ਼ਨ ਰਹਿੰਦੀ ਹੈ ਕਿ ਖਰੇ ਜਿਸ ਕਾਲਜ ਕੋਲ DLA ਨੰਬਰ ਹੈ ਉਹ 'ਚ ਕੇਸ SDS ਲੱਗਦਾ, ਜੇ ਕੋਈ DLA ਨੰਬਰ ਨਹੀਂ ਉਹ 'ਚ ਕੇਸ ਨੋਨ SDS ਲੱਗਦਾ। ਪਰ ਇਹਦੀ ਗੱਲ ਕਲੀਅਰ ਕਰਦਾ, ਜਿਸ ਕਾਲਜ ਕੋਲ DLA ਨੰਬਰ ਨਹੀਂ ਹੈ ਉਹ ਬੱਚਾ ਓਵਰਸੀਜ਼ ਲੈ ਨਹੀਂ ਸਕਦਾ। ਚਾਹੇ ਕਾਲਜ ਪ੍ਰਾਈਵੇਟ ਹੈ, ਚਾਹੇ ਕਾਲਜ ਸਰਕਾਰੀ ਹੈ, ਸਾਰਿਆਂ ਕੋਲ DLA ਨੰਬਰ ਹੁੰਦਾ। ਬਟ ਜਿਹੜੀ ਸਾਡੀ ਐਡਵਰਟੀਜ਼ਮੈਂਟ ਸਾਡੇ ਯੂਟਿਊਬ 'ਤੇ ਫੇਸਬੁੱਕ 'ਤੇ ਚੱਲ ਰਹੀ ਹੈ ਕਿ 5 ਲੱਖ ਰੁਪਏ ਸਾਲ ਦੀ ਫੀਸ ਭਰ ਕੇ ਪੜ੍ਹਨ ਜਾਓ ਕੈਨੇਡਾ, ਉਸ ਕਾਲਜ ਦਾ ਨਾਮ ਹੈ ਕੈਨੇਡਾ ਕਾਲਜ, ਜਿਹਦੀ ਫੀਸ ਹੈ $9,250। ਪੜ੍ਹਾਈ ਦੇ ਨਾਲ ਤੁਸੀਂ ਆਪਣਾ GIC ਭਰਨਾ $10,200, ਕੁੱਲ ਮਿਲਾ ਕੇ ਖਰਚਾਉਣਾ 10.5 ਲੱਖ ਰੁਪਈਆ, 5 ਲੱਖ ਫੀਸ, 5.5 ਲੱਖ GIC, ਜਿੱਥੋਂ 5.5 ਲੱਖ ਤੁਹਾਨੂੰ ਵਾਪਸ ਆ ਜਾਣਾ। ਸੋ ਨੋਰਮਲ ਕੇਸਾਂ 'ਚ ਜਿਹੜੀ ਫੀਸ ਆ ਉਹ 8 ਲੱਖ ਰੁਪਏ ਹੁੰਦੀ ਹੈ ਜਾਂ 9 ਲੱਖ ਰੁਪਏ ਹੁੰਦੀ ਹੈ, ਤੁਹਾਡਾ ਉਹੀ 3 ਤੋਂ 4 ਲੱਖ ਟੋਟਲ ਫੀਸ ਵਿੱਚ ਬਚ ਰਿਹਾ ਐਂਡ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ। ਕਾਫੀ ਵਾਰ ਸਵਾਲ ਆ ਗਿਆ ਜੀ, ਸ਼ੁੱਧ ਮਨੋਰੰਜਨ ਜੀ ਨਾਮ ਤੋਂ ਕੋਈ ID ਬਣੀ ਹੋਈ ਹੈ, ਡੋਂਟ ਨੋ। ਇਹ ਕਹੀ ਜਾਂਦੇ ਨੇ ਕਿ ਡਿਪਲੋਮਾ ਕੰਪਿਊਟਰ ਸਾਇੰਸ ਇਨ ਇੰਜੀਨੀਅਰਿੰਗ ਕੀਤਾ ਹੈ, ਐਡਵਾਂਸ ਡਿਪਲੋਮਾ ਇਨ ਵੈਬ ਡਿਜ਼ਾਈਨਿੰਗ, ਪਤਾ ਨਹੀਂ ਮੈਨੂੰ ਸਵਾਲ ਇਹ ਸਮਝ ਨਹੀਂ ਲੱਗਿਆ ਟੂ ਬੀ ਵੈਰੀ ਫਰੈਂਕ। ਅਤੇ ਐਡਵਾਂਸ ਡਿਪਲੋਮਾ ਕੰਪਿਊਟਰ ਸਿਸਟਮ ਟੈਕਨੋਲੋਜੀ, ਪਲੀਜ਼ ਦੱਸੋ ਲਾਸਟ 2 ਕੋਰਸ, ਪਤਾ ਨਹੀਂ ਅੱਗੇ ਕੀ ਲਿਖਿਆ ਜੀ ਇਹਨਾਂ ਨੇ, ਨਾਲ ਰੈਲੇਵੈਂਟ ਹੈ।
ਸੋ ਮੈਂ ਇਹਨਾਂ ਨੂੰ ਇਹ ਬੇਨਤੀ ਕਰ ਰਿਹਾ, ਮੈਂ ਸਵਾਲ ਤੁਹਾਨੂੰ ਗੋਟ ਇਟ, ਤੁਸੀਂ ਸਮਝੇ ਕੁਛ ਸਵਾਲ? ਨਹੀਂ, ਮੈਨੂੰ ਨਹੀਂ ਸਮਝ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਜਾਂ ਤਾਂ ਇਹਨੂੰ ਸਵਾਲ ਨੂੰ ਦੁਬਾਰਾ ਲਿਖ ਦਿਓ ਜਾਂ ਤੁਸੀਂ ਆਪਣੀ ਕਾਲ ਕਰ ਲਓ ਪਲੀਜ਼, ਕਿਉਂਕਿ ਬਹੁਤ ਇਹਨਾਂ ਨੇ ਮੇਰੇ ਕੋਲ 15 ਤੋਂ 20 ਵਾਰ ਇਹ ਸਵਾਲ ਮੈਨੂੰ ਪੁੱਛ ਲਿਆ ਜਾਂ ਰਾਹੀ ਜੀ ਨੂੰ ਪੁੱਛ ਲਿਆ, ਪਰ ਤੁਹਾਡਾ ਸਵਾਲ ਜਿਹੜੀ ਹੈ ਸੋਰੀ ਅਸੀਂ ਸਮਝ ਨਹੀਂ ਪਾ ਰਹੇ ਕੀ ਤੁਸੀਂ ਕਹਿ ਰਹੇ ਜੀ। ਅਗਲੀ ਕਾਲ ਲੈਣ ਤੋਂ ਪਹਿਲਾਂ ਰਾਹੀ ਸਾਹਿਬ ਇੱਕ ਵਾਰ ਚੱਲਦੇ ਚੱਲਦੇ ਜ਼ਰੂਰ ਪੁੱਛੂਗਾ ਜੀ, ਸਪੋਸ ਕੇਸਾਂ ਨੂੰ ਲੈ ਕੇ ਜਿਹੜੇ ਸਾਡੇ ਵਿਆਹੇ ਹੋਏ ਲੋਕ ਨੇ, ਜੋੜੇ ਨੇ, ਦੰਪਤੀ ਨੇ, ਵਿਦੇਸ਼ਾਂ ਦੇ ਵਿੱਚ ਇਕੱਠੇ ਜਾਣਾ ਚਾਹੁੰਦੇ ਨੇ, ਉਹਨਾਂ ਲਈ ਕੋਈ ਐਸਾ ਮੈਸੇਜ ਜਿਹੜਾ ਆਪਾਂ ਮਿਸ ਕਰ ਗਏ ਹੋਈਏ ਕਾਲ ਦੀ ਵਜ੍ਹਾ ਦੇ ਨਾਲ? ਜਦੋਂ ਵੀ ਕਿਸੇ ਕੰਸਲਟੈਂਟ ਦੇ ਦਫ਼ਤਰ ਜਾਣਾ, ਹਮੇਸ਼ਾ ਲੋਕਾਂ ਦੇ ਦਾਰ 2-4-5 ਦਫ਼ਤਰ ਦੇਖ ਕੇ ਫਿਰ ਜਾਓ। ਮੈਂ ਕਦੇ ਨਹੀਂ ਕਿਹਾ ਕਿ RS ਗੋਬਲ ਸਭ ਤੋਂ ਬੈਸਟ ਇਮੀਗ੍ਰੇਸ਼ਨ ਕੰਪਨੀ ਪੰਜਾਬ ਦੀ ਹੈ, ਬਥੇਰੇ ਹੋਰ ਚੰਗੇ ਕੰਸਲਟੈਂਟ ਮੇਰੇ ਭਰਾ ਇਸ ਇੰਡਸਟਰੀ ਸੇਵਾ ਕਰ ਰਹੇ, ਪਰ ਹਮੇਸ਼ਾ ਇੱਕ ਬੰਦੇ ਦੇ ਇੱਕ ਕੰਪਨੀ ਕੋਲ ਜਾਣ ਦੀ ਬਜਾਏ 10 ਕੰਪਨੀਆਂ ਜਾ ਕੇ ਆਓ। ਜਦੋਂ ਆਪਾਂ ਸ਼ੋਪਿੰਗ ਕਰਨ ਜਾਂਦੇ ਨਾ ਤਾਂ ਇੱਕ ਇੱਕ ਸੂਟ ਲੈਣਾ ਹੁੰਦਾ ਜਾਂ ਪੈਂਟ ਜਾਂ ਸ਼ਰਟ ਬਾਏ ਕਰਨੀ ਤਾਂ ਅਸੀਂ ਅਲੱਗ ਅਲੱਗ ਦੁਕਾਨਾਂ 'ਤੇ ਜਾਂਦੇ ਹਾਂ, ਹਾਲੇ ਕਿ ਬੜੀ ਮਾਮੂਲੀ ਜਿਹੀ ਗੱਲ ਆ, ਸ਼ਰਟ ਖਰਾਬ ਵੀ ਨਿਕਲ ਆਈ ਜਾਂ ਮਾੜੀ ਵੀ ਨਿਕਲ ਆਈ ਤਾਂ ਦੁਬਾਰਾ ਫਿਰ ਨਵੀਂ ਲਈ ਜਾ ਸਕਦੀ ਹੈ, ਪਰ ਜ਼ਿੰਦਗੀ ਦਾ ਇਹੋ ਜਿਹਾ ਡਿਸੀਜ਼ਨ ਹੈ ਜਿਹੜਾ ਵਾਰ ਵਾਰ ਨਹੀਂ ਲਿਆ ਜਾ ਸਕਦਾ। ਸੋ ਇਹ ਡਿਸੀਜ਼ਨ ਲੈਣ ਤੋਂ ਪਹਿਲਾਂ ਮੈਂ ਹਮੇਸ਼ਾ ਤੁਹਾਨੂੰ ਬੇਨਤੀ ਕਰੂੰਗਾ ਆਪਣੇ ਓਰੀਜਨਲ ਪੜ੍ਹਾਈ ਦੇ ਪੇਪਰ ਆਪਣੇ ਮਾਂ ਪਿਓ ਨਾਲ ਲੈ ਕੇ ਜਾਓ, ਔਰ 10 ਕੰਪਨੀਆਂ 'ਚ ਜਾਣ ਤੋਂ ਬਾਅਦ ਫਿਰ ਸਾਡੇ ਦਫ਼ਤਰ ਆਓ। ਉਸ ਤੋਂ ਬਾਅਦ ਆਪਣੇ ਘਰ ਬੈਠ ਕੇ ਵਿਚਾਰ ਵਟਾਂਦਰਾ ਕਰੋ ਕਿ ਮੈਂ ਆਪਣੀ ਜ਼ਿੰਦਗੀ ਦੀ ਜਿਹੜੀ ਲਾਈਫ ਹੈ, ਮੈਂ ਫਾਈਲ ਨੂੰ ਫਿਰ ਲਾਈਫ ਕਹਿ ਰਿਹਾ, ਮੈਂ ਤੁਹਾਡਾ ਡਾਇਲੋਗ ਅੱਜ ਬੋਲਦਾ ਕਿ ਤੁਸੀਂ ਲਾਈਫ ਨੂੰ ਕਿਹਾ ਜੀ ਇਹ ਫਾਈਲ ਨਹੀਂ ਹੈ, ਲਾਈਫ ਹੈ, ਤੁਸੀਂ ਆਪਣੀ ਜ਼ਿੰਦਗੀ ਦੀ ਵਾਗਡੋਰ ਕੇਸ ਹੱਥ ਫੜਾਉਣੀ ਆ। ਸਪਾਊਸ ਕੇਸਿਸ ਲਈ UK ਪੜ੍ਹਨ ਜਾਇਆ ਜਾ ਸਕਦਾ ਵਿਦਆਊਟ ਆਇਲਸ, ਸਵੀਡਨ ਪੜ੍ਹਨ ਜਾਇਆ ਜਾ ਸਕਦਾ ਵਿਦਆਊਟ ਆਇਲਸ, ਡੈਨਮਾਰਕ ਪੜ੍ਹਨ ਜਾਇਆ ਜਾ ਸਕਦਾ ਵਿਦਆਊਟ ਆਇਲਸ, ਬਟ ਲੋੜ ਹੈ ਤੁਹਾਡੇ ਅੰਗਰੇਜ਼ੀ ਦੇ ਨੰਬਰ 60-65 % ਹੋਣ, ਅਤੇ ਜੇ ਸਵੀਡਨ ਡੈਨਮਾਰਕ ਦੀ ਗੱਲ ਕਰਾਂ BTECH ਜਾਂ BCA ਜਾਂ MCA ਕੀਤੀ ਹੋਵੇ। ਨਿਊਜ਼ੀਲੈਂਡ ਲਈ 6.5 ਓਵਰਆਲ 6 ਇੰਚ ਦੀ ਰਿਕੁਆਇਰਮੈਂਟ ਹੈ। ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਹੋ, ਵਿਆਹ ਕੋਈ ਪੁਰਾਣਾ ਨਹੀਂ ਚਾਹੀਦਾ, ਕੋਈ ਤੁਹਾਨੂੰ ਹਸਬੈਂਡ ਦੀ ਬਰਾਬਰ ਦੀ ਕੁਆਲੀਫਿਕੇਸ਼ਨ ਨਹੀਂ ਚਾਹੀਦੀ, ਸਿਰਫ ਲੋੜ ਹੈ ਕਿ ਆਪਾਂ ਉਹਨਾਂ ਯੂਨੀਵਰਸਿਟੀ ਨੂੰ ਛੱਡ ਦਈਏ ਜਿੱਥੇ ਸਿਡਨੀ ਮੈਲਬਨ 'ਚ ਰਸ਼ ਜ਼ਿਆਦਾ ਹੈ, ਅਸੀਂ ਬ੍ਰਿਸਬੇਨ ਪੜ੍ਹਨ ਜਾਈਏ, ਅਸੀਂ ਪਰਥ 'ਚ ਪੜ੍ਹਨ ਜਾਈਏ ਜਿੱਥੇ ਸਾਨੂੰ ਰੀਜਨਲ ਏਰੀਏ ਦੇ ਪੁਆਇੰਟਸ ਵੀ ਐਕਸਟਰਾ ਮਿਲਣ, ਪਲੱਸ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਜ਼ਿਆਦਾ ਮਿਲੇ ਬਾਕੀ ਸਟੇਟਸ ਦੇ ਮੁਕਾਬਲੇ, ਐਂਡ ਤੁਹਾਨੂੰ ਵੀਜ਼ਾ ਲੈਣ ਵਿੱਚ ਵੀ ਸੌਖ ਹੋ। ਰਾਹੀ ਸਾਹਿਬ ਇੱਕ ਬੱਚੇ ਦਾ ਨਾਮ ਹੈ, ਤਾਂ ਹੀ ਫੋਨ ਚੱਕਿਆ ਸਪੈਸ਼ਲੀ, ਉਹਨਾਂ ਨੇ ਮੈਨੂੰ ਲੱਗਦਾ ਘੱਟੋ ਘੱਟ 20-25 ਮੈਸੇਜ ਪਾਤੇ ਸਾਨੂੰ, ਬਟ ਉਹ ਕਹਿੰਦੇ ਜੀ ਮੇਰੀ ਕਾਲ ਨਹੀਂ ਲੱਗ ਪਾ ਰਹੀ। ਉਹਨਾਂ ਨੇ ਕਿਸੇ ਕੰਸਲਟੈਂਟਸ ਤੋਂ ਅਪਲਾਈ ਕੀਤਾ ਸੀ, ਉਹਨਾਂ ਦਾ ਬੈਨ ਲੱਗ ਗਿਆ, ਸਰ ਜੀ 5 ਈਅਰ ਬੈਨ ਹੈ, ਬਤਾ ਦਿਓ ਵਟ ਸ਼ੁੱਡ ਆਈ ਡੂ? ਦੇਖੋ ਉਹਦੇ ਲਈ ਕੀ ਕਰਨਾ ਹੈ ਕੀ ਨਹੀਂ ਕਰਨਾ, ਤੁਸੀਂ ਸੁਖਚੈਨ ਰਾਹੀ ਜੀ ਜਾਂ ਜਿੰਨੇ ਵੀ ਸਾਡੇ ਕੋਲ ਐਕਸਪਰਟ ਆਉਂਦੇ ਨੇ ਉਹਨਾਂ ਕੋਲ ਜਾਓ, ਤੁਸੀਂ ਸਾਨੂੰ ਆਪਣਾ ਕੇਸ ਦੇਸ਼ ਪ੍ਰਦੇਸ਼ 'ਤੇ ਭੇਜਣਾ ਚਾਹੁੰਦੇ ਹੋ, ਅਸੀਂ ਇਹਨਾਂ ਨੂੰ ਫਾਰਵਰਡ ਕਰ ਦਾਂਗੇ ਕਿਸੇ ਵੀ ਕੰਸਲਟੈਂਟਸ ਨੂੰ, ਨੰਬਰ ਵਟਸਐਪ ਚੱਲ ਰਿਹਾ ਉੱਥੇ ਭੇਜ ਦਿਓ ਲਿਖ ਕੇ ਕਿਉਂ ਬੈਨ ਲੱਗਿਆ ਕਿਸ ਭਾਜੀ। ਹੁਣ ਇੱਥੋਂ ਤਾਂ ਕੁਛ ਨਹੀਂ ਹੋਣਾ, ਬੈਨ ਲੱਗ ਗਿਆ ਮੇਰੇ ਹਿਸਾਬ ਨਾਲ, ਚਲੋ ਬਟ ਯੈਸ, ਜਿਵੇਂ ਸਾਡਾ ਦਫ਼ਤਰ ਮਿਸੀਸਾਗਾ 'ਚ ਉੱਥੇ ICCRC ਮੈਂਬਰ ਦੀ ਟੀਮ ਬੈਠੀ ਹੈ, ਇਹ ਯੋਗੇਸ਼ ਨਾਥ ਜੀ ਨੇ ਜੀ, ਤੁਹਾਡੀ ਪੂਰੀ ਪੁਰਾਣੀ ਫਾਈਲ ਦੀ ਹਿਸਟਰੀ ਕਢਵਾਈ ਜਾ ਸਕਦੀ ਹੈ, ਕਿਹਦੀ ਗਲਤੀ ਕਰਕੇ ਬੈਨ ਲੱਗਾ, ਤੁਹਾਡੀ ਗਲਤੀ ਕਰਕੇ ਬੈਨ ਲੱਗਾ ਜਾਂ ਏਜੰਟ ਦੀ ਗਲਤੀ ਕਰਕੇ ਬੈਨ ਲੱਗਾ, ਬਟ ਐਪਲੀਕੇਸ਼ਨ ਫਾਰਮ 'ਤੇ ਸਿਗਨੇਚਰ ਤੁਸੀਂ ਕੀਤੇ ਸੀ, ਜ਼ਿ੮ਵਾਰ ਤੁਸੀਂ ਠਹਿਰਾਉਣਾ, ਬਟ ਫਿਰ ਵੀ ਤੁਹਾਡੇ ਇੱਕ ਵਾਰ ਕੇਸ ਨੂੰ ਦੇਖਣ ਦੀ ਜ਼ਰੂਰ ਲੋੜ ਹੈ, ਕਿਉਂਕਿ ਇਸ ਲਾਈਵ ਪ੍ਰੋਗਰਾਮ ਵਿੱਚ ਮੈਂ ਇਹ ਨਹੀਂ ਦੇਖ ਸਕਦਾ, ਕਿਉਂਕਿ ਮੈਂ ਵੀ ਕੋਈ ਜਾਦੂਗਰ ਨਹੀਂ ਹਾਂ, ਕਿਉਂਕਿ ਕੇਸ ਦੀ ਮੈਂ ਪਿੱਛੋਂ ਵੇਖ ਲਵਾਂ ਪਿੱਛੇ ਲਿਖਿਆ ਕੀ ਸੀਗਾ, ਕੇਸ ਇੱਕ ਡਿਸਕਸ ਦਫ਼ਤਰ ਆ ਕੇ ਜ਼ਰੂਰ ਕਰ ਲਿਓ, 100 ਛੱਡ ਕੇ 1000% ਤੁਹਾਡੀ ਮਦਦ ਕੀਤੀ ਜਾਏਗੀ ਤੁਹਾਡੇ ਬੈਨ ਤੋੜਨ ਵਿੱਚ, ਅਗਰ ਤੁਹਾਡੀ ਪ੍ਰੋਫਾਈਲ 'ਚ ਕੋਈ ਸੱਚਾਈ ਹੋਈ ਤਾਂ। ਥੈਂਕ ਯੂ ਰਾਈ ਸਾਹਿਬ, ਦਰਸ਼ਕਾਂ ਦਾ ਵੀ ਧੰਨਵਾਦ, ਕੱਲ੍ਹ ਨੂੰ ਇੱਕ ਵਾਰ ਫਿਰ 2 ਵਜੇ ਅਤੇ ਉਸ ਤੋਂ ਬਾਅਦ 4 ਵਜੇ ਲਾਈਵ ਹੋਵਾਂਗੇ, ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦੇ ਧੰਨਵਾਦ, ਸਤਿ ਸ਼੍ਰੀ ਅਕਾਲ।